ਮਾਇਆ ਮੋਹ ਪਰਮ ਭੈ ਭੁੱਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਉਤਮ ਪੰਥ ਸੁਨਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸੰਦੀ ਨੂਰ ਅਰਸੋਂ ਗੁਰ ਸੋਹ ਝਟੀਐ ਉਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ ਮਹੱਲਾ ਪੰਜਵਾ ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉ ਕਰ ਉਲਟੀ ਰੇ ਝੂਠੈ ਕੀ ਰੇ ਝੂਠ ਪ੍ਰੀਤ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗ ਨਾ ਛੁਟਕੀ ਰੇ ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉ ਕਰ ਉਲਟੀ ਰੇ ਝੂਠੈ ਕੀ ਰੇ ਝੂਠ ਪ੍ਰੀਤ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗ ਨਾ ਛੁਟਕੀ ਰੇ ਰਹਾਉ ਜਿਉ ਕਾਜਰ ਪਰ ਮੰਦਰ ਰਾਖਿਓ ਜੋ ਪੈਸੈ ਕਾਲੂਖੀ ਰੇ ਦੂਰ ਹੋਹੀ ਤੇ ਭਾਗ ਗਇਓ ਹੈ ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀ ਰੇ ਮੰਗੋ ਦਾਨ ਕਿਰਪਾਲ ਕਿਰਪਾ ਨਿਧ ਮੇਰਾ ਮੁਖ ਸਾਕਤ ਸੰਗ ਨਾ ਜੁਟ ਸੀ ਰੇ ਜਨ ਨਾਨਕ ਦਾਸ ਦਾਸ ਕੋ ਕਰੀਓ ਮੇਰਾ ਮੂਡ
ਸਾਧ ਪਗਾਂ ਹੇਠ ਰੁਲਸੀ ਰੇ। ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਮੇਰਾ ਮੁਖ ਸਾਕਤ ਸੰਗ ਨਾ ਜੁਟ ਸੀ ਰੇ। ਜਨ ਨਾਨਕ ਦਾਸ ਦਾਸ ਕੋ ਕਰੀਓ, ਮੇਰਾ ਮੂਡ ਸਾਧ ਪਗਾ ਹੇਠ ਰੁਲਸੀ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਣਾਂ 'ਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੀ ਹੋ ਕਿ ਸਤਿਗੁਰਾਂ ਦੀ ਪਾਵਨ ਪਵਿੱਤਰ ਮਨੋਹਰ ਬਾਣੀ ਸਰਬਾਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਸਤਿਗੁਰਾਂ ਦੀ ਬਾਣੀ ਇਸ ਜਗਤ ਵਿੱਚ ਚਾਨਣਾ ਹੈ, ਪ੍ਰਕਾਸ਼ ਹੈ। ਸਤਿਗੁਰਾਂ ਦੀ ਜਦੋਂ ਮਿਹਰ ਵਰਤਦੀ ਹੈ, ਕਰਮ ਦਾ ਮਤਲਬ ਬਖਸ਼ਿਸ਼ ਹੁੰਦੀ ਹੈ, ਤਾਂ ਇਹ ਗੁਰਬਾਣੀ ਫਿਰ ਮਨ ਵਿੱਚ ਆ ਕੇ ਹਿਰਦੇ ਵਿੱਚ ਆ ਕੇ ਵਸਦੀ। ਗੁਰਬਾਣੀ ਦਾ ਅਦਬ, ਗੁਰਬਾਣੀ ਦਾ ਸਤਿਕਾਰ ਜਦੋਂ ਬਾਹਰੋਂ ਅਸੀਂ ਕਈ ਪ੍ਰਕਾਰ ਦੀਆਂ ਕਿਰਿਆਵਾਂ ਕਰਦੇ ਹਾਂ ਤਾਂ ਉਹਦਾ ਅਸਰ ਸਾਡੇ ਅੰਦਰਲੇ ਮਨ 'ਤੇ ਹੁੰਦਾ ਹੈ। ਕਰਮਾਂ ਤੋਂ ਹੀ ਸੰਸਕਾਰ ਬਣਦੇ ਨੇ। ਜੇ ਸਾਡੇ ਬਾਹਰਲੇ ਵਰਤਣ ਵਿੱਚ ਸਤਿਗੁਰਾਂ ਦੀ ਬਾਣੀ ਦਾ ਅਦਬ ਸਤਿਕਾਰ ਅਸੀਂ ਆਪਣੇ ਹਿਰਦੇ 'ਚ ਰੱਖਾਂਗੇ ਔਰ ਕਰਾਂਗੇ ਤਾਂ ਫਿਰ ਗੁਰਬਾਣੀ ਦੀ ਮਹੱਤਤਾ, ਗੁਰਬਾਣੀ ਦਾ ਮਹਾਤਮ ਉਹ ਫਿਰ ਹਿਰਦੇ ਵਿੱਚ ਆ ਕੇ ਵਸਦਾ। ਅਕਸਰ ਵੇਖਣ ਵਿੱਚ ਆਉਂਦਾ ਹੈ, ਕਈ ਵਾਰ ਅਸੀਂ ਬੇਸਮਝੀ ਵਿੱਚ ਨਾ ਸਮਝੀ ਵਿੱਚ ਗੁਰਬਾਣੀ ਦਾ ਨਿਰਾਦਰ ਕਰਦੇ ਹਾਂ। ਨਾ ਸਮਝੀ ਇਸ ਕਰਕੇ ਕਹਾਂਗਾ ਕਿ ਬੋਧ ਨਹੀਂ ਹੁੰਦਾ, ਪਰ ਜੇ ਕੋਈ ਬੋਧ ਦੇਵੇ ਤਾਂ ਫਿਰ ਅੱਗੋਂ ਅਸੀਂ ਗੁੱਸਾ ਮਨਾਉਂਦੇ ਹਾਂ ਵੀ ਤੂੰ ਕੌਣ ਹੁੰਦਾ ਮੈਨੂੰ ਟੋਕਣ ਵਾਲਾ।
ਗੁਰਬਾਣੀ ਦੀ ਪੋਥੀ ਹੱਥ ਵਿੱਚ ਫੜੀ ਹੁੰਦੀ ਹੈ, ਇੱਕ ਦੂਜੇ ਹੱਥ ਨਾਲ ਪੈਰ ਤੇ ਖੁਰਕ ਕਰਦਾ ਹੁੰਦਾ ਹੈ। ਦੁਬਾਰਾ ਫਿਰ ਉਹੀ ਹੱਥ ਗੁਰਬਾਣੀ ਦੀ ਉਸ ਪੋਥੀ ਨੂੰ ਲਾ ਦਿੰਦਾ, ਔਰ ਕਈ ਵਾਰ ਕਈ ਐਸੇ ਲੋਕ ਵੀ ਹਨ ਜਿਨ੍ਹਾਂ ਨੂੰ ਆਦਤ ਹੁੰਦੀ ਹੈ ਵੀ ਜਦੋਂ ਕੋਈ ਪੇਜ ਪਲਟਣਾ ਹੁੰਦਾ ਹੈ ਤਾਂ ਉਹ ਆਪਣੀ ਉਂਗਲ ਜੀਭ ਦੇ ਨਾਲ ਲਾ ਕੇ ਉਦਾਂ ਪੇਜ ਪਰਤਦੇ ਆ। ਇਹ ਬੜੀ ਵੱਡੀ ਬੇਅਦਬੀ ਹੈ। ਜਦੋਂ ਅਸੀਂ ਆਪ ਖੁਦ ਗੁਰਬਾਣੀ ਦਾ ਅਦਬ ਰੱਖਾਂਗੇ, ਸਤਿਕਾਰ ਕਰਾਂਗੇ, ਤਾਂ ਦੂਸਰਿਆਂ ਨੇ ਸਾਨੂੰ ਵੇਖ ਕੇ ਸਿੱਖਣਾ। ਅਸੀਂ ਤਾਂ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਹਾਂ, ਗੁਰਬਾਣੀ ਨੂੰ ਪਰਮੇਸ਼ਰ ਦਾ ਸਵਰੂਪ ਮੰਨਦੇ ਹਾਂ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰੂ ਸਾਹਿਬ ਦੀ ਬਾਣੀ ਪਰਮੇਸ਼ਰ ਦਾ ਸਰੂਪ ਹੈ। ਅਕਾਲ ਪੁਰਖ ਤੇ ਗੁਰਬਾਣੀ ਵਿੱਚ ਕੋਈ ਭੇਦ ਕੋਈ ਫਰਕ ਨਹੀਂ। ਕਈ ਵਾਰ ਨੱਕ ਦੇ ਵਿੱਚ ਵੀ ਉਂਗਲ ਮਾਰਦੇ ਆ ਉਹੀ ਹੱਥ ਪੋਥੀ ਨੂੰ ਲਾ ਦਿੰਦੇ। ਨਿਤਨੇਮ ਕਰਨ ਵੇਲੇ ਅਗਰ ਸਰੀਰ ਦੇ ਕਿਸੇ ਹਿੱਸੇ ਤੇ ਖੁਰਕ ਹੁੰਦੀ ਹੈ ਤਾਂ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਹੱਥਾਂ ਨੂੰ ਕਿਸੇ ਹਜੂਰੀਏ ਦੇ ਨਾਲ ਟੱਕ ਲਈਏ, ਗਲ 'ਚ ਹਜੂਰੀਆ ਪਾ ਲਈਏ, ਜੇ ਚਿਹਰੇ 'ਤੇ ਕਿਤੇ ਖੁਰਕ ਹੋਵੇ ਉਹ ਹਜੂਰੀਏ ਦੇ ਨਾਲ ਗਲ 'ਚ ਪਾਇਆ ਜਿਹੜਾ ਸਰੋਪਾ ਹੁੰਦਾ ਹਜੂਰੀਆ ਹੁੰਦਾ ਉਹਦੀ ਵਰਤੋਂ ਕੀਤੀ ਜਾ ਸਕਦੀ। ਉਰੇ ਅਦਬ ਸਤਿਕਾਰ ਅਸੀਂ ਗੁਰਬਾਣੀ ਦਾ ਰੱਖਣਾ। ਫਿਰ ਅਗਰ ਗੁਰਬਾਣੀ ਪੜ੍ਹ ਰਹੇ ਹਾਂ ਅਤੇ ਸਾਡੇ ਸਿਰਾਣੇ ਵਾਲੇ ਪਾਸੇ ਕੋਈ ਬੈਠਾ ਅਤੇ ਅਸੀਂ ਪੈਂਦ ਵਾਲੇ ਪਾਸੇ ਬੈਠੇ ਅਤੇ ਗੁਰਬਾਣੀ ਪੜ੍ਹਨ ਵਾਲੇ ਨੂੰ ਪੈਂਦ ਵਾਲੇ ਪਾਸੇ ਨਹੀਂ ਬਿਠਾਉਣਾ, ਉਸ ਨੂੰ ਸਿਰਾਣੇ ਵਾਲੇ ਪਾਸੇ ਸਤਿਕਾਰ ਨਾਲ ਬਿਠਾਉਣਾ। ਇਹ ਅਦਬ ਹੈ, ਇਹ ਸਤਿਕਾਰ ਹੈ। ਸਾਡੇ ਕਹਿਣ ਨਾਲ ਮੇਰੇ ਸਾਹਿਬ ਨੇ ਵੱਡਾ ਨਹੀਂ ਹੋ ਜਾਣਾ ਅਤੇ ਸਾਡੇ ਕਹਿਣ ਨਾਲ ਮੇਰੇ ਸਾਹਿਬ ਨੇ ਛੋਟਾ ਵੀ ਨਹੀਂ ਹੋ ਜਾਣਾ। ਪਰ ਜੇ ਅਸੀਂ ਸਾਹਿਬ ਨੂੰ ਵੱਡਾ ਕਰਕੇ ਸਲਾਹਾਂਗੇ, ਵੱਡਾ ਕਰਕੇ ਕਥਨ ਕਰਾਂਗੇ, ਤਾਂ ਸਤਿਗੁਰਾਂ ਨੇ ਸਾਨੂੰ ਓਨਾ ਹੀ ਵੱਡਾ ਕਰ ਦੇਣਾ। ਗੁਰੂ ਸਾਹਿਬ ਜੀ ਨੂੰ ਕੋਈ ਫਰਕ ਨਹੀਂ, ਉਹ ਤਾਂ ਅਸੰਗ ਹਨ, ਫਰਕ ਸਾਨੂੰ ਪੈਣਾ। ਸਤਿਗੁਰਾਂ ਦੀ ਬਾਣੀ ਦਾ ਅਦਬ ਰੱਖੀਏ, ਸਤਿਕਾਰ ਰੱਖੀਏ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਦੋਂ ਹਾਜ਼ਰ ਹੁੰਦੇ ਹਾਂ ਉਸ ਵਕਤ ਸਤਿਗੁਰਾਂ ਦਾ ਅਦਬ ਪੈ ਹਿਰਦੇ 'ਚ ਹੋਣਾ ਚਾਹੀਦਾ ਕਿ ਸਤਿਗੁਰੂ ਜੀ ਪ੍ਰਗਟ ਗੁਰਾਂ ਕੀ ਦੇਹ ਰੂਪ ਵਿੱਚ ਪ੍ਰਤੱਖ ਹਨ। ਪੈ ਰੱਖਣਾ, ਸਤਵੇਂ ਪਾਤਸ਼ਾਹ ਦੇ ਬਚਨ ਨੇ, ਜਿਨ ਪੈ ਅਦਬ ਨਾ ਬਾਣੀ ਤਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ।
ਜਿਹੜਾ ਗੁਰਬਾਣੀ ਦਾ ਪੈ ਅਦਬ ਨਹੀਂ ਰੱਖਦਾ ਉਹ ਸਾਡਾ ਸਿੱਖ ਨਹੀਂ ਹੈ। ਸਾਡੇ ਮੋਬਾਈਲ ਫੋਨ ਉਹ ਮਹਾਰਾਜ ਜੀ ਦੀ ਹਜ਼ੂਰੀ 'ਚ ਵੱਜਦੇ ਰਹਿੰਦੇ ਹੈ। ਅਗਰ ਕਿਸੇ ਅਫਸਰ ਨੂੰ ਮਿਲਣ ਜਾਣਾ ਹੋਵੇ ਤਾਂ ਪਹਿਲਾਂ ਅਸੀਂ ਵੇਖਦੇ ਹਾਂ ਵੀ ਇਹਨੂੰ ਬੰਦ ਕਰੀਏ, ਵੀ ਉਹਦੇ ਸਾਹਮਣੇ ਬੋਲ ਪਿਆ ਤਾਂ ਗੁੱਸੇ ਹੋਵੇਗਾ। ਯਾਨੀ ਕਿ ਇੱਕ ਸਧਾਰਨ ਜਿਹਾ ਵਿਅਕਤੀ ਅਗਰ ਦੁਨੀਆਂ ਦੀ ਇੱਕ ਛੋਟੀ ਜਿਹੀ ਪਦਵੀ 'ਤੇ ਬੈਠਾ ਉਹਦਾ ਸਾਨੂੰ ਡਰ ਹੈ, ਦੀਨ ਅਤੇ ਦੁਨੀਆਂ ਦੇ ਪਾਤਸ਼ਾਹ ਦਾ ਸਾਨੂੰ ਕੋਈ ਭੈ ਨਹੀਂ, ਉਹਨਾਂ ਦਾ ਸਾਨੂੰ ਕੋਈ ਡਰ ਨਹੀਂ। ਇਹ ਬੇਅਦਬੀਆਂ ਹਨ ਸਤਿਗੁਰਾਂ ਦੀਆਂ। ਔਰ ਜੇ ਗੁਰਸਿੱਖ ਬੇਅਦਬੀ ਕਰੇਗਾ ਤਾਂ ਫਿਰ ਦੂਸਰਿਆਂ ਨੂੰ ਕਿਵੇਂ ਕਹੇਗਾ ਕਿ ਭਾਈ ਸੁਚੇਤ ਰਹੋ। ਐਸੇ ਐਸੇ ਗੁਰਸਿੱਖ ਨੇ ਸਤਿਗੁਰਾਂ ਪ੍ਰਤੀ ਇਤਨਾ ਅਦਬ ਭਾਵ ਸਤਿਕਾਰ ਰੱਖਦੇ ਨੇ, ਗੁਰੂ ਪਾਤਸ਼ਾਹ ਨੂੰ ਪ੍ਰਤੱਖ ਨਾਰਾਇਣ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਜਾਣਦੇ ਹਨ, ਔਰ ਪ੍ਰਗਟ ਗੁਰਾਂ ਕੀ ਦੇਹ ਕਰਕੇ ਜਾਣਦੇ ਹਨ। ਪ੍ਰਗਟ ਗੁਰਾਂ ਕੀ ਦੇਹ ਕਰਕੇ ਜਾਣਦੇ ਹਾਂ, ਤਦੇ ਸਾਹਿਬ ਦੇ ਉੱਤੇ ਸੋਹਣਾ ਚੰਦੋਆ ਤਾਣਦੇ ਹਾਂ, ਗਰਮੀਆਂ ਸਰਦੀਆਂ ਵਿੱਚ ਉਸੇ ਤਰ੍ਹਾਂ ਦਾ ਪ੍ਰਬੰਧ ਕਰਦੇ ਹਾਂ। ਤੋ ਇਹ ਭਾਵਨਾ, ਇਹ ਸਤਿਕਾਰ ਗੁਰਬਾਣੀ ਪ੍ਰਤੀ ਅਦਬ ਸਾਡੇ ਹਿਰਦਿਆਂ ਵਿੱਚ ਅਤਿ ਅਵਸ਼ਕ ਹੈ, ਜ਼ਰੂਰੀ ਹੈ। ਜਦੋਂ ਗੁਰਬਾਣੀ ਦਾ ਅਦਬ ਕਰਾਂਗੇ, ਗੁਰਬਾਣੀ ਦਾ ਸਤਿਕਾਰ ਕਰਾਂਗੇ, ਫਿਰ ਉਹ ਗੁਰਬਾਣੀ ਸਾਡੇ ਹਿਰਦੇ 'ਚ ਵਸੇਗੀ। ਜਿਸ ਦੀ ਅਸੀਂ ਪੂਜਾ ਕਰਦੇ ਹਾਂ ਫਿਰ ਉਹ ਸਾਡੇ ਹਿਰਦੇ 'ਚ ਉਤਰਦਾ, ਅਤੇ ਜੇ ਪੂਜਾ ਹੀ ਨਹੀਂ ਕਰਨੀ, ਅਦਬ ਭਾਵ ਹੀ ਨਹੀਂ ਰੱਖਣਾ, ਤਾਂ ਫਿਰ ਹਿਰਦੇ 'ਚ ਕਿਵੇਂ ਉਤਰੇਗੀ? ਫਿਰ ਅਸੀਂ ਕਹਿੰਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਸਾਡਾ ਮਨ ਨਹੀਂ ਟਿਕਦਾ। ਉਹ ਤਾਂ ਤਦੇ ਟਿਕੇਗਾ ਨਾ ਜੇ ਗੁਰਬਾਣੀ ਨੂੰ ਪਹਿਲਾਂ ਪੂਜਿਆ ਹੋਵੇਗਾ, ਗੁਰਬਾਣੀ ਦਾ ਪਹਿਲਾਂ ਅਦਬ ਕੀਤਾ ਹੋਵੇਗਾ, ਫਿਰ ਉਹ ਗੁਰਬਾਣੀ ਦਾ ਇੱਕ ਇੱਕ ਅੱਖਰ ਹਿਰਦੇ 'ਚ ਵੱਸਦਾ। ਔਰ ਇਹ ਐਸੀ ਅੰਮ੍ਰਿਤਮਈ ਗੁਰਬਾਣੀ ਹੈ ਕਿ ਜੇ ਕਿਤੇ ਇੱਕ ਅੱਖਰ ਵੀ ਹਿਰਦੇ 'ਚ ਵੱਸ ਗਿਆ ਤਾਂ ਉਹਨੇ ਨਾਲ ਹੀ ਨਿਹਾਲ ਹੋ ਜਾਵਾਂਗੇ। ਵਾਹਿਗੁਰੂ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਜੇ ਇੱਕ ਅੱਖਰ ਵੀ ਹਿਰਦੇ 'ਚ ਵੱਸ ਗਿਆ ਤਾਂ ਬਸ ਨਿਹਾਲ। ਤੋ ਗੁਰਬਾਣੀ ਦੇ ਅਦਬ ਭਾਵ ਵਾਸਤੇ ਆਪਣੇ ਹਿਰਦੇ 'ਚ ਯਤਨ ਕਰਿਆ ਕਰੀਏ। ਅਗਰ ਕੋਈ ਅਣਭੋਲ ਪੁਣੇ ਵਿੱਚ ਸਾਡੀਆਂ ਅੱਖਾਂ ਦੇ ਸਾਹਮਣੇ ਗੁਰਬਾਣੀ ਦਾ ਸਾਨੂੰ ਨਿਰਾਦਰ ਕਰਦਾ ਦਿਸੇ ਤਾਂ ਉਹਨੂੰ ਪਿਆਰ ਸਤਿਕਾਰ ਸਹਿਤ ਸਮਝਾਉਣਾ ਸਾਡਾ ਫਰਜ਼ ਹੈ। ਹਾਂ, ਜੇ ਕੋਈ ਜਾਣ ਬੁੱਝ ਕੇ ਕਰੇ ਉਹਦੇ ਲਈ ਦੰਡ ਦਾ ਪ੍ਰਵਧਾਨ ਹੈ, ਪਰ ਜੇ ਕਿਸੇ ਨੇ ਅਣਭੋਲ ਪੁਣੇ ਦੇ ਵਿੱਚ, ਜਿਸ ਨੂੰ ਗਿਆਨ ਨਹੀਂ ਬੋਧ ਨਹੀਂ, ਤਾਂ ਉਹਨੂੰ ਅਦਬ ਨਾਲ ਸਤਿਕਾਰ ਨਾਲ ਗੁਰਬਾਣੀ ਦਾ ਅਦਬ ਰੱਖਣਾ, ਸਤਿਕਾਰ ਰੱਖਣਾ, ਉਹਦੀ ਸਿੱਖਿਆ ਦੇਣੀ। ਅੰਮ੍ਰਿਤ ਵੇਲੇ ਗੁਰਬਾਣੀ ਦੇ ਇਸ ਮਹਾਨ ਬ੍ਰਹਮ ਗਿਆਨ ਦੇ ਵਿੱਚੋਂ ਸਾਨੂੰ ਅੱਜ ਦਾ ਜੋ ਪਾਵਨ ਸ਼ਬਦ ਪ੍ਰਾਪਤ ਹੋਇਆ ਹੈ, ਭਾਈ ਸਾਹਿਬ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਅਤੇ ਬਿਰਤੀਆਂ ਨੂੰ ਦੇਨ ਦੁਨੀਆਂ ਦੇ ਮਾਲਕ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜੀਏ, ਇਕਾਗਰਤਾ ਬਣਾਈਏ,
ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਮਹੱਲਾ ਪੰਜਵਾ, ਉਲਟੀ ਰੇ ਮਨ ਉਲਟੀ ਰੇ। ਰਾਗ ਦੇਵ ਗੰਧਾਰੀ ਹੈ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁੱਖ ਵਾਕ ਸ਼ਬਦ। ਉਲਟੀ ਰੇ ਮਨ ਉਲਟੀ ਰੇ, ਹੇ ਮੇਰਿਆ ਮਨਾ, ਜਿਨ੍ਹਾਂ ਦੀ ਰੱਬ ਵੱਲੋਂ ਸੁਰਤ ਉਲਟੀ ਹੋਈ ਹੈ, ਜਿਨ੍ਹਾਂ ਨੇ ਰੱਬ ਵੱਲੋਂ ਮੂੰਹ ਫੇਰਿਆ ਹੋਇਆ, ਪਰਮੇਸ਼ਰ ਵੱਲੋਂ ਮੂੰਹ ਫੇਰਿਆ ਹੋਇਆ, ਮੇਰਿਆ ਮਨਾ ਤੂੰ ਉਹਨਾਂ ਵੱਲੋਂ ਮੂੰਹ ਫੇਰ ਲੈ। ਸਿੱਧਾ ਸਪਸ਼ਟ ਹੈ, ਜਿਨ੍ਹਾਂ ਨੇ ਰੱਬ ਵੱਲੋਂ ਤੋੜੀ ਹੋਈ ਹੈ ਤੂੰ ਉਹਨਾਂ ਨਾਲੋਂ ਤੋੜ ਲੈ, ਕਿਉਂਕਿ ਜਿਨ੍ਹਾਂ ਨੇ ਰੱਬ ਨਾਲੋਂ ਤੋੜੀ ਹੋਈ ਆ ਉਹ ਫਿਰ ਤੈਨੂੰ ਵੀ ਤੋੜ ਦੇਣਗੇ। ਉਹ ਆਪਣਾ ਅਸਰ ਆਪਣਾ ਪ੍ਰਭਾਵ ਤੇਰੇ 'ਤੇ ਵੀ ਪਾਉਣਗੇ। ਰੱਬ ਵੱਲੋਂ ਟੁੱਟਿਆ ਹੋਇਆ ਤੋਂ ਤੂੰ ਆਪਣੀ ਸੁਰਤ ਉਲਟਾ ਲੈ, ਉਹਨਾਂ ਵੱਲੋਂ ਆਪਣੀ ਬਿਰਤੀ ਉਲਟਾ ਲੈ। ਉਲਟੀ ਰੇ ਮਨ ਉਲਟੀ ਰੇ, ਉਲਟਾ ਲੈ ਮਨ ਕਰਕੇ ਬਚਨ ਕਰਕੇ ਵੀ ਆਪਣੀ ਪ੍ਰੀਤ ਨੂੰ ਆਪਣੇ ਮਨ ਨੂੰ ਉਲਟਾ ਲੈ। ਹਾਂਜੀ, ਕਿਹਨਾਂ ਤੋਂ ਉਲਟਾ ਲੈ ਅੱਗੇ ਦੱਸਦੇ ਨੇ। ਸਾਕਤ ਸਿਉ ਕਰ ਉਲਟੀ ਰੇ, ਮਨ ਕਰਕੇ ਬਚਨ ਕਰਕੇ ਔਰ ਕਰਮ ਕਰਕੇ ਜਿਹੜੇ ਸਾਕਤ ਤੇ ਦੁਰਜਨ ਲੋਕ ਨੇ ਉਹਨਾਂ ਤੋਂ ਉਲਟੀ ਕਰ ਲੈ, ਯਾਨੀ ਕਿ ਉਹਨਾਂ ਤੋਂ ਆਪਣਾ ਮੂੰਹ ਫੇਰ ਲੈ। ਸਾਕਤਾਂ ਨਾਲ ਮੂੰਹ ਨਹੀਂ ਜੋੜਨਾ। ਸਾਕਤ ਦਾ ਮਤਲਬ ਮਨਮੁਖ, ਸਾਕਤ ਦਾ ਮਤਲਬ ਉਹ ਦੁਰਜਨ ਭੱਦੇ ਲੋਕ ਜਿਹੜੇ ਗੁਰੂ ਤੋਂ, ਗੁਰੂ ਕੀ ਬਾਣੀ ਤੋਂ, ਧਰਮ ਤੋਂ, ਧਰਮ ਦੇ ਸਿਧਾਂਤਾਂ ਤੋਂ ਟੁੱਟੇ ਹੋਏ ਲੋਕ ਨੇ, ਜਿਨ੍ਹਾਂ ਅੰਦਰ ਸਾਹਿਬ ਦਾ ਭੈ ਨਹੀਂ, ਗੁਰਬਾਣੀ ਦਾ ਅਦਬ ਨਹੀਂ, ਸਤਿਕਾਰ ਨਹੀਂ, ਜਿਨ੍ਹਾਂ ਅੰਦਰ ਧਰਮ ਪ੍ਰਤੀ ਕਿਸੇ ਵੀ ਪ੍ਰਕਾਰ ਦਾ ਅਦਬ ਨਹੀਂ, ਉਹਨਾਂ ਵੱਲੋਂ ਆਪਣੀ ਸੁਰਤ ਨੂੰ ਉਲਟਾ ਲੈ, ਉਹਨਾਂ ਨਾਲ ਆਪਣੀ ਪ੍ਰੀਤ ਨੂੰ ਨਹੀਂ ਜੋੜਨਾ, ਉਹਨਾਂ ਨਾਲ ਕਤਈ ਵੀ ਆਪਣਾ ਧਿਆਨ ਕੇਂਦਰਿਤ ਨਹੀਂ ਕਰਨਾ। ਤਿੰਨ ਵਾਰੀ ਆ ਗਿਆ ਇਹਦਾ ਮਤਲਬ, ਮਨ ਬਚ ਕਰਮ ਕਰਕੇ ਉਹਨਾਂ ਤੋਂ ਉਲਟਾ ਲੈ ਆਪਣੇ ਆਪ। ਇਸ ਤਰ੍ਹਾਂ ਵੀ ਮਹਾਂਪੁਰਸ਼ਾਂ ਨੇ ਅਰਥ ਕੀਤਾ ਵੀ ਜਿਹੜੇ ਰੱਬ ਵੱਲੋਂ ਉਲਟੇ ਹੋਏ ਨੇ ਤੂੰ ਉਹਨਾਂ ਵੱਲੋਂ ਆਪਣੀ ਸੁਰਤ ਉਲਟਾ ਲੈ। ਜਿਹੜੇ ਸਾਕਤ ਤੇ ਦੁਰਜਨ ਲੋਕ ਨੇ ਉਹਨਾਂ ਤੋਂ ਹੇ ਮੇਰੇ ਮਨ ਤੂੰ ਆਪਣੇ ਆਪ ਨੂੰ ਉਲਟਾ ਲੈ। ਹਾਂਜੀ, ਝੂਠੇ ਕੀਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ। ਸਾਕਤ ਸੰਗ ਨਾ ਛੁਟਕੀ ਰੇ, ਇਹਨਾਂ ਝੂਠਿਆਂ ਦੀ ਪ੍ਰੀਤ ਵੀ ਝੂਠੀ। ਹੁਣ ਭਾਵੇਂ ਤੈਨੂੰ ਕਹਿੰਦੇ ਹੋਣ
ਕਿ ਸੱਜਣਾ ਅਸੀਂ ਤੇਰੇ ਨਾਲ ਪ੍ਰੀਤ ਕਰਦੇ ਹਾਂ ਅਤੇ ਤੂੰ ਸਾਡੇ ਪਿੱਛੇ ਆਹ ਕੰਮ ਵੀ ਨਹੀਂ ਕਰ ਸਕਦਾ। ਕਾਹਦੀ ਯਾਰੀ ਹੈ ਤੂੰ ਮੇਰੇ ਪਿੱਛੇ ਇੱਕ ਪੈਗ ਨਹੀਂ ਲਾ ਸਕਦਾ। ਕਹਿੰਦੇ ਹੁੰਦੇ ਆ ਸ਼ਰਾਬੀ, ਜਦੋਂ ਉਸ ਸ਼ਰਾਬ ਦੇ ਨਸ਼ੇ 'ਚ ਧੁੱਤ ਹੋਏ ਦਾ ਲੀਵਰ ਗਲਦਾ ਨਾ, ਤਾਂ ਫਿਰ ਉਹ ਨਹੀਂ ਆਉਂਦੇ ਵੀ ਸਾਡੇ ਲੀਵਰ ਦਾ ਅੱਧਾ ਹਿੱਸਾ ਤੈਨੂੰ ਦੇ ਦਿੰਦੇ। ਸਾਕਤ ਬੰਦਾ ਹਮੇਸ਼ਾ ਝੂਠੀ ਪ੍ਰੀਤ ਦਾ ਵਿਖਾਵਾ ਕਰੇਗਾ, ਯਾਰ ਤੂੰ ਮੇਰੇ ਪਿੱਛੇ ਆਹ ਨਹੀਂ ਕਰ ਸਕਦਾ, ਮੈਂ ਤੇਰੇ ਨਾਲ ਇੰਨਾ ਪ੍ਰੇਮ ਕਰਦਾ, ਤੂੰ ਮੇਰੇ ਪਿੱਛੇ ਅੱਜ ਗੁਰਦੁਆਰਾ ਜਾਣਾ ਕੈਂਸਲ ਨਹੀਂ ਕਰ ਸਕਦਾ। ਇੱਦਾਂ ਹੁੰਦੇ ਆ ਸਾਕਤ, ਉਹਨਾਂ ਦੀ ਪ੍ਰੀਤ ਝੂਠੀ ਹੈ ਔਰ ਛੁਟਕ ਜਾਣੀ ਹੈ। ਝੂਠੇ ਦੀ ਪ੍ਰੀਤ ਵੀ ਝੂਠੀ, ਛੁਟਕੀ ਰੇ ਮਨ ਛੁਟਕੀ ਰੇ, ਮਨਾ ਉਹ ਅੱਜ ਨਹੀਂ ਕੱਲ ਛੁੱਟ ਜਾਣੀ, ਉਹਨਾਂ ਦੀ ਪ੍ਰੀਤ ਨਾਲ ਨਹੀਂ ਨਿਭਣੀ। ਉਹੀ ਲੋਕ ਫਿਰ ਕਹਿੰਦੇ ਸੁਣਾਈ ਦਿੰਦੇ ਨੇ ਭਾਈ ਤੂੰ ਕੀਤਾ ਤੂੰ ਭੋਗ, ਯਾਰੀ ਦੋਸਤੀ ਦਾ ਮਤਲਬ ਇਹ ਥੋੜ੍ਹੀ ਆ ਵੀ ਮਾੜੇ ਕੰਮ ਤੂੰ ਕਰੇ ਅਤੇ ਲੇਖਾ ਤੇਰੇ ਨਾਲ ਮੈਂ ਦਿਆਂ। ਇੱਕਦਮ ਆਪਣਾ ਪਾਸਾ ਪਲਟ ਜਾਂਦੇ। ਇਸ ਕਰਕੇ ਉਹਨਾਂ ਸਾਕਤਾਂ ਵੱਲੋਂ ਆਪਣੀ ਸੁਰਤ ਨੂੰ ਉਲਟਾ ਲੈ, ਕਿਉਂਕਿ ਜੇ ਤੂੰ ਉਹਨਾਂ ਸਾਕਤਾਂ ਦੇ ਸੰਗ ਦੇ ਵਿੱਚ ਲੱਗਾ ਰਿਹਾ, ਸਾਕਤ ਸੰਗ ਨਾ ਛੁਟਕੀ ਰੇ, ਤੂੰ ਜੰਮਾਂ ਦੀ ਮਾਰ ਤੋਂ ਨਹੀਂ ਛੁੱਟ ਸਕੇਗਾ। ਉਹਨਾਂ ਦਾ ਸੰਗ ਕਰਕੇ ਤੂੰ ਛੁਟਕ ਨਹੀਂ ਸਕੇਗਾ, ਤੂੰ ਬੰਧਨਾਂ ਤੋਂ ਮੁਕਤ ਨਹੀਂ ਹੋ ਸਕੇਗਾ। ਰਹਾਉ, ਹੁਣ ਉਦਾਹਰਣ ਦੇ ਕੇ ਸਮਝਾਉਂਦੇ ਨੇ ਵੀ ਸਾਕਤਾਂ ਦੇ ਸੰਗ ਵਿੱਚੋਂ ਤੂੰ ਕਿਵੇਂ ਨਹੀਂ ਛੁਟਕੇਗਾ, ਜਿਉਂ ਮੁਕਤ ਨਹੀਂ ਹੋਵੇਗਾ। ਉਦਾਹਰਣ ਦੇ ਕੇ ਦੱਸਦੇ ਨੇ, ਜਿਉਂ ਕਾਜਰ ਪਰ ਮੰਦਰ ਰੱਖਿਓ, ਜੋ ਪੈਸਾ ਕਾਲੂ ਖੀਰੇ। ਜਿਵੇਂ ਕਿਸੇ ਨੇ ਕੱਜਲ ਦੀ ਕੋਠੜੀ ਹੋਵੇ ਉਹਦੇ ਵਿੱਚ ਜਾ ਵੜੇ ਅਤੇ ਕੱਜਲ ਦੀ ਕਾਲਖ ਦੀ ਉਸ ਕੋਠੀ ਵਿੱਚ ਜਿਹੜਾ ਜਾਏਗਾ ਉਹ ਕਾਲਾ ਹੋਵੇਗਾ ਹੀ ਹੋਵੇਗਾ, ਉਹਦੇ ਕੱਪੜਿਆਂ 'ਤੇ ਹੱਥਾਂ ਪੈਰਾਂ 'ਤੇ ਕਾਲਖ ਲੱਗੇਗੀ ਹੀ ਲੱਗੇਗੀ, ਉਹ ਬਚ ਕੇ ਨਹੀਂ ਬਾਹਰ ਨਿਕਲ ਸਕਦਾ। ਇਸੇ ਤਰ੍ਹਾਂ ਸਾਕਤਾਂ ਅਤੇ ਦੁਰਜਨਾਂ ਦੇ ਸੰਗ ਵਿੱਚ ਜਾ ਕੇ ਉਹਨਾਂ ਦੇ ਕੁਸੰਗ ਦਾ ਕੋਈ ਨਾ ਕੋਈ ਅਸਰ ਆਵੇਗਾ ਹੀ ਆਵੇਗਾ। ਸੰਗ ਕੁਸੰਗੀ ਬੈਸ ਤੇ, ਕੁਸੰਗੀਆਂ ਦੇ ਸੰਗ ਵਿੱਚ ਬਹਿਣ ਨਾਲ ਧਰਮ ਰਾਜੇ ਨੇ ਪੁੱਛ ਗਿੱਛ ਕਰਨੀ ਕਰਨੀ ਆ, ਉਹਨੇ ਲੇਖਾ ਜੋਖਾ ਪੁੱਛਣਾ ਹੀ ਪੁੱਛਣਾ। ਇਸ ਕਰਕੇ ਤੂੰ ਪਹਿਲਾਂ ਹੀ ਉਹਨਾਂ ਨਾਲੋਂ ਆਪਣੀ ਪ੍ਰੀਤ ਉਲਟਾ ਲੈ। ਜੇ ਉਹਨਾਂ ਦੇ ਉਹਨਾਂ ਦੀ ਸੰਗਤ ਕਰਕੇ ਤੈਨੂੰ ਲੇਖਾ ਦੇਣਾ ਪੈਣਾ, ਤੂੰ ਛੁਟਕ ਨਹੀਂ ਸਕਣਾ, ਤਾਂ ਤੈਨੂੰ ਯਤਨ ਕਰਨਾ ਚਾਹੀਦਾ ਵੀ ਜਿੱਥੇ ਸਾਕਤ ਦਿਸੇ ਦੂਰੋਂ ਹੀ ਵੇਖ ਕੇ ਭੱਜ ਜਾ, ਉਹਨਾਂ ਤੋਂ ਕਿਨਾਰਾ ਕਰ ਲੈ। ਦੂਰ ਹੋ ਹੀ ਤੇ ਭਾਗ ਗਇਓ ਹੈ, ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀ ਰੇ। ਜਿਸ ਦੇ ਗੁਰੂ ਨਾਲ ਮਿਲ ਕੇ ਤ੍ਰਿਕੁਟੀ ਛੁੱਟ ਗਈ ਹੈ, ਕਰਤਾ ਕਿਰਿਆ ਤੇ ਕਰਮ ਇਹ ਤ੍ਰਿਕੁਟੀ ਹੁੰਦੀ ਹੈ। ਗੁਰੂ ਪਾਤਸ਼ਾਹ ਨਾਲ ਮਿਲ ਕੇ ਜਿਸ ਦੀ ਇਹ ਤ੍ਰਿਕੁਟੀ ਛੁੱਟ ਗਈ ਹੈ,
ਕਰਤਾ, ਕਰਮ ਤੇ ਕਿਰਿਆ, ਇਹ ਤਿੰਨ ਚੀਜ਼ਾਂ ਦੀ ਤ੍ਰਿਕੁਟੀ ਹੈ। ਪ੍ਰਮਾਣ ਪਰਮਾਤਾ ਪਰਮੇ, ਗਿਆਨ ਗਿਆਤਾ ਗੇ, ਇਹ ਤ੍ਰਿਕੁਟੀ ਹੈ। ਇਹਨੂੰ ਤ੍ਰਿਪੁਟੀ ਵੀ ਕਹਿੰਦੇ ਆ, ਜਿੱਥੇ ਤਿੰਨ ਚੀਜ਼ਾਂ ਨੇ। ਮੇਰੇ ਹਿਰਦੇ ਵਿੱਚ ਬਿਰਤੀ ਉੱਠੀ ਹੈ ਉਹਨੂੰ ਕਰਤਾ ਕਹਿੰਦੇ ਨੇ। ਨੇਤਰਾਂ ਰਾਹੀਂ ਨਿਕਲ ਕੇ ਤੁਹਾਡੇ ਤੱਕ ਜਾ ਰਹੀ ਹੈ, ਇਹ ਕਰਮ ਹੈ। ਤੁਹਾਡੇ ਵਿੱਚ ਜਾ ਕੇ ਜਦੋਂ ਇਹ ਬਿਰਤੀ ਮਿਲ ਜਾਏਗੀ ਤਾਂ ਫਿਰ ਉਹ ਕਰਮ ਬਣ ਜਾਏਗੀ। ਕਰਤਾ ਜਦੋਂ ਉੱਠੀ, ਕਰਤਾ ਜਦੋਂ ਨੇਤਰਾਂ ਦੁਆਰਾ ਬਾਹਰ ਗਈ, ਕਿਰਿਆ ਤੁਹਾਡੇ ਵਿੱਚ ਜਾ ਕੇ ਮਿਲ ਗਈ ਤਾਂ ਫਿਰ ਉਹ ਬਣ ਜਾਏਗੀ ਕਰਮ। ਹੁਣ ਬਿਰਤੀ ਨੇ ਉੱਠਣਾ, ਮਲਨ ਭਾਵ 'ਚ ਉੱਠੇਗੀ, ਉਹ ਕਰਮ ਤੱਕ ਪਹੁੰਚਦੀ ਮਲਨ ਹੋ ਜਾਏਗੀ। ਉਸੇ ਵੀ ਜਦੋਂ ਚੇਤਨ ਦਾ ਪਾਸ ਪੈਂਦਾ ਫਿਰ ਉਹ ਗਿਆਤਾ ਗਿਆਨ ਅਤੇ ਗੇ ਦੇ ਰੂਪ ਵਿੱਚ ਤਬਦੀਲ ਹੁੰਦੀ ਹੈ। ਉਸੇ ਨੂੰ ਪ੍ਰਮਾਣ ਪ੍ਰਮਾਤਾ ਪਰਮੇਅ ਵੀ ਕਹਿ ਦਿੰਦੇ ਨੇ। ਗੁਰੂ ਪਾਤਸ਼ਾਹ ਨਾਲ ਮਿਲ ਕੇ ਜਿਸ ਨੂੰ ਇਹ ਗੱਲ ਸਮਝ ਆ ਗਈ, ਜਿਸ ਦੀ ਇਹ ਤ੍ਰਿਕੁਟੀ ਛੁੱਟ ਗਈ, ਉਹ ਫਿਰ ਮਨਮੁਖ ਅਤੇ ਸਾਖਤ ਨੂੰ ਵੇਖ ਕੇ ਦੂਰੋਂ ਹੀ ਭੱਜ ਜਾਂਦਾ। ਉਹਨੂੰ ਪਤਾ ਲੱਗ ਜਾਂਦਾ ਵੀ ਕਿ ਜਿਸ ਨੂੰ ਮੈਂ ਦੇਖ ਰਿਹਾ ਇਹ ਬੰਦਾ ਭੱਦਾ ਹੈ, ਸਾਖਤ ਹੈ, ਆਚਰਣ ਤੋਂ ਡਿੱਗਿਆ ਹੋਇਆ। ਉਹਦੇ ਤੋਂ ਉਸੇ ਵੇਲੇ ਉਹ ਪਾਸਾ ਵੱਟ ਕੇ ਕਿਨਾਰਾ ਕਰ ਲੈਂਦਾ, ਚਲੋ ਇਹਦੇ ਸੰਗ ਵਿੱਚ ਬੈਠਾਂਗੇ, ਆਪਣਾ ਅਸਰ ਦੇਵੇਗਾ, ਆਪਣੀਆਂ ਗੱਲਾਂ ਸੁਣਾਏਗਾ, ਮਨਮੁੱਖਾਂ ਸਾਖਤਾਂ ਵਾਲੀਆਂ। ਇਹਦੇ ਕੋਲ ਬਹਿ ਕੇ ਸਾਖਤਾਂ ਦੀਆਂ ਗੱਲਾਂ ਸੁਣਨ ਨਾਲੋਂ ਚੰਗਾ ਜਾ ਕੇ ਕਿਤੇ ਇਕਾਂਤ 'ਚ ਰੱਬ ਰੱਬ ਕਰ ਲਈਏ। ਸਾਨੂੰ ਇਕਾਂਤ ਤੋਂ ਬੜੀ ਘਬਰਾਹਟ ਮਹਿਸੂਸ ਹੁੰਦੀ ਹੈ। ਇਕਾਂਤ ਸਾਨੂੰ ਚੰਗਾ ਨਹੀਂ ਲੱਗਦਾ, ਉਹਦੇ 'ਚ ਅਸੀਂ ਖੜਬੜਾ ਜਾਂਦੇ ਹਾਂ ਇੱਕਦਮ। ਪਿੱਛੇ ਜੇ ਇਕਾਂਤਵਾਸ ਜਦੋਂ ਕੀਤਾ ਜਾਣ ਲੱਗਾ ਸੀ ਲੋਕਾਂ ਨੂੰ, ਬਹੁਤੇ ਲੋਕ ਉਸੇ ਚਿੰਤਾ ਦੇ ਨਾਲ ਵੀ ਅਸੀਂ ਇਕਾਂਤਵਾਸ ਹੋ ਗਏ ਹਾਂ, ਉਸ ਇਕਾਂਤਵਾਸ ਬਿਮਾਰੀ ਨਾਲ ਨਹੀਂ ਮਰੇ, ਉਸੇ ਨਾਲ ਹੀ ਮਰ ਗਏ, ਚਿੰਤਤ ਹੋ ਗਏ। ਇਕਾਂਤ ਵਿੱਚ ਰਹਿਣਾ ਸਾਡੇ ਹਿਰਦੇ 'ਚ ਘਬਰਾਹਟ ਪੈਦਾ ਕਰਦਾ। ਸਾਨੂੰ ਕੋਈ ਨਾ ਕੋਈ ਚਾਹੀਦਾ, ਸੰਗ ਚਾਹੀਦਾ। ਰੱਬ ਦੇ ਪਿਆਰੇ ਸਾਧੂ ਜਨ ਉਹ ਕਹਿੰਦੇ ਜੇ ਕਿਸੇ ਮਨਮੁੱਖ ਦੇ ਸੰਗ 'ਚ ਬੈਠਣਾ ਉਹਦੇ ਨਾਲੋਂ ਇਕਾਂਤ ਕਈ ਗੁਣਾ ਚੰਗਾ, ਕਿਉਂਕਿ ਉਸ ਇਕਾਂਤ ਵਿੱਚ ਰੱਬ ਨਾਲ ਬਹਿਣ ਦਾ ਸਮਾਂ ਮਿਲਦਾ, ਆਪਣੇ ਆਪ ਨਾਲ ਬੈਠਣ ਦਾ ਸਮਾਂ ਮਿਲਦਾ। ਤੋ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਵਿੱਚ ਰੰਗੇ ਹੋਏ ਸਾਖਤਾਂ ਦੇ ਸੰਗ ਵਿੱਚ ਨਹੀਂ ਜਾਂਦੇ, ਉਹਨਾਂ ਨੂੰ ਵੇਖ ਕੇ ਸਗੋਂ ਦੂਰੋਂ ਭੱਜ ਜਾਂਦੇ ਹਨ। ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਮੇਰਾ ਮੁਖ ਸਾਕਤ ਸੰਗ ਨਾ ਜੁਟ ਸੀਰੇ। ਮੈਂ ਹੇ ਪ੍ਰਭੂ ਜੀ, ਹੇ ਕਿਰਪਾਲੂ ਸਾਹਿਬ ਜੀ, ਤੁਹਾਡੇ ਚਰਨਾਂ 'ਚੋਂ ਦਾਨ ਮੰਗਦਾ। ਹੇ ਠਾਕੁਰ ਜੀ, ਮੇਰੇ 'ਤੇ ਤਰਸ ਕਰੋ, ਦਇਆ ਕਰੋ, ਮੈਨੂੰ ਇਹ ਦਾਨ ਦਿਓ ਕਿ ਮੈਨੂੰ ਸਾਖਤਾਂ ਦੇ ਸੰਗ ਵਿੱਚ ਨਾ ਜੁੜਨਾ ਪਵੇ।
ਮੈਨੂੰ ਸਾਖਤਾਂ ਦੀ ਸੰਗਤ ਵਿੱਚ ਨਾ ਜਾਣਾ ਪਵੇ, ਉਹਨਾਂ ਦੀ ਸੰਗਤ ਮੈਨੂੰ ਮਿਲੇ ਹੀ ਨਾ, ਇਹ ਦਾਨ ਦਿਓ ਮਹਾਰਾਜ। ਮੇਰਾ ਮੁਖ ਸਾਖਤ ਸੰਗ ਨ ਜੁਟ ਸੀ ਰੇ, ਸਾਖਤਾਂ ਦੇ ਸੰਗ ਵਿੱਚ ਮੇਰਾ ਮੁਖ ਨਾ ਜੁੜੇ, ਯਾਨੀ ਕਿ ਮੈਂ ਉਹਨਾਂ ਦੀ ਸੰਗਤ ਨਾ ਕਰਾਂ, ਮੈਨੂੰ ਸਾਖਤਾਂ ਦੁਰਜਨਾਂ ਦੀ ਸੰਗਤ ਨਾ ਮਿਲੇ। ਮਹਾਰਾਜ ਮੇਰੇ 'ਤੇ ਐਸਾ ਤਰਸ ਕਰੋ, ਮੇਰੇ 'ਤੇ ਐਸੀ ਦਇਆ ਕਰੋ। ਜਨ ਨਾਨਕ ਦਾਸ ਦਾਸ ਕੋ ਕਰੀਓ, ਮੇਰਾ ਮੂੰਡ ਸਾਧ ਪਗਾਂ ਹੇਠ ਰੁਲਸੀ ਰੇ। ਮਹਾਰਾਜ ਮੇਰੇ 'ਤੇ ਤਰਸ ਕਰੋ। ਪਾਤਸ਼ਾਹ ਕਹਿੰਦੇ ਮਹਾਰਾਜ ਮੈਨੂੰ ਆਪਣਿਆਂ ਦਾਸਾਂ ਦਾ ਦਾਸ ਕਰ ਦਿਓ, ਦਾਸਾਂ ਦਾ ਦਾਸ ਕਰ ਦਿਓ, ਔਰ ਮੇਰੇ 'ਤੇ ਤਰਸ ਕਰੋ ਕਿ ਮੇਰਾ ਇਹ ਮੂੰਡ ਸਿਰ ਤੁਹਾਡੇ ਜਿਹੜੇ ਸਾਧੂ ਨੇ ਉਹਨਾਂ ਦੇ ਚਰਨਾਂ ਵਿੱਚ ਜੁੜ ਜਾਏ, ਰੁਲ ਜਾਏ ਦਾ ਮਤਲਬ ਹੁੰਦਾ ਵੀ ਉਹਨਾਂ ਦੇ ਚਰਨਾਂ 'ਚ ਹੀ ਰਹੇ, ਸਾਧੂਆਂ ਦੇ ਚਰਨਾਂ ਵਿੱਚ ਰਹੇ, ਗੁਰਸਿੱਖਾਂ ਦੇ ਚਰਨਾਂ ਵਿੱਚ ਰਹੇ, ਯਾਨੀ ਕਿ ਉਹਨਾਂ ਦੇ ਚਰਨਾਂ ਵਿੱਚ ਮੈਂ ਵਿਨਿਮਰਤਾ ਸਹਿਤ ਹਲੀਮੀ ਸਹਿਤ ਰਹਾਂ। ਮੇਰੇ 'ਤੇ ਤਰਸ ਕਰੋ, ਮੈਨੂੰ ਸਾਧੂਆਂ ਦੀ ਸੰਗਤ ਪ੍ਰਦਾਨ ਕਰੋ, ਸਾਧ ਸੰਗਤ ਬਖਸ਼। ਲੜੀਵਾਰ ਕਥਾ ਸਤਿਗੁਰਾਂ ਦੇ ਪਾਵਨ ਸਰੂਪ ਦੀ ਆਪ ਦੀ ਸਰਵਣ ਕਰ ਰਿਹਾ। ਰਾਗ ਤਿਲੰਗ ਦੇ ਨੌਵੇਂ ਪਾਤਸ਼ਾਹ ਦੇ ਦੋ ਸ਼ਬਦ ਆਪਾਂ ਕੱਲ੍ਹ ਵਿਚਾਰੇ ਸਨ। ਤਿੰਨ ਸ਼ਬਦ ਨੇ ਕੁੱਲ ਸਤਿਗੁਰੂ ਨੌਵੇਂ ਪਾਤਸ਼ਾਹ ਦੇ। ਅੱਜ ਤੀਸਰਾ ਪਾਵਨ ਸ਼ਬਦ ਪ੍ਰਾਰੰਭ ਹੋ ਰਿਹਾ 727 ਅੰਗ 'ਤੇ। ਸਰਵਣ ਕਰੀਏ ਗੁਰੂ ਚਰਨਾਂ 'ਚ ਹਾਜ਼ਰੀ ਲਵਾਉਂਦਿਆਂ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਨਾਵਾਂ, ਹਰ ਜਸ ਰੇ ਮਨਾ ਗਾਇਲ, ਜੋ ਸੰਗੀ ਹੈ ਤੇਰੋ। ਰਾਗ ਤਿਲੰਗ ਹੈ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁਖ ਵਾਕ ਸ਼ਬਦ। ਹੇ ਮੇਰਿਆ ਮਨਾ, ਸਮਾਂ ਹੈ ਕਿ ਹਲੇ ਵੀ ਹਰੀ ਦਾ ਜਸ ਗਾ ਲੈ। ਪਿੱਛੇ ਕਹਿ ਆਏ ਨੇ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਨਿਸ ਦਿਨ ਮੈਂ ਪ੍ਰਾਣੀ ਦਾ ਮਤਲਬ ਹੁੰਦਾ ਵੀ ਰਾਤ ਦਿਨ ਇੱਕ ਕਰਕੇ ਜੇ ਰੱਬ ਦਾ ਚਿੰਤਨ ਕਰਨਾ ਕਰ ਲੈ। ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਫਲਾਣੇ ਨੇ ਇਸ ਕੰਮ ਲਈ ਰਾਤ ਦਿਨ ਇੱਕ ਕਰ ਦਿੱਤਾ। ਪਾਤਸ਼ਾਹ ਕਹਿੰਦੇ ਰਾਤ ਦਿਨ ਇੱਕ ਕਰਕੇ ਚੇਤ ਪਰਮੇਸ਼ਰ ਨੂੰ। ਸਮਾਂ ਹੈ ਮੇਰਿਆ ਮਨਾ, ਹਾਲੇ ਵੀ ਵੇਲਾ ਹੈ ਕਿ ਹਰੀ ਵਾਹਿਗੁਰੂ ਪਰਮੇਸ਼ਰ ਦਾ ਜਸ ਉਹ ਗਾਲ ਹੈ, ਕਿਉਂਕਿ ਇਹੀ ਤੇਰਾ ਸੰਗੀ। ਜੋ ਸੰਗੀ ਹੈ ਤੇਰੋ, ਜੋ ਤੇਰੇ ਸੰਗੀ ਤੇਰੇ ਨਾਲ ਨਿਭਣ ਵਾਲਾ, ਬਾਕੀ ਤਾਂ ਸੰਗ ਸਖਾ ਸਭ ਤਜ ਗਏ, ਕੋ ਨਨ ਬਿਹੋ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਇਹ ਤਾਂ ਸੰਗੀ ਸਾਥੀ ਛੱਡ ਜਾਣ ਵਾਲੇ ਨੇ,
ਜੋ ਤੇਰਾ ਸੰਗੀ ਹੈ, ਜਿਸ ਨੇ ਤੇਰੇ ਹਮੇਸ਼ਾ ਅੰਗ ਸੰਗ ਰਹਿਣਾ, ਜਿੱਥੇ ਕਿਸੇ ਵੀ ਨਾਲ ਨਹੀਂ ਨਿਭਣਾ, ਜਹ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਊਹਾਂ ਨਾਮ ਤੇਰਾ ਸੰਗ ਸਹਾਈ, ਜਿੱਥੇ ਮਾਂ ਪਿਓ ਭਰਾ ਰਿਸ਼ਤੇਦਾਰ ਸਰਬੰਧੀਆਂ ਨੇ ਕਿਸੇ ਨੇ ਵੀ ਸਹਾਈ ਨਹੀਂ ਹੋਣਾ, ਉੱਥੇ ਇਸ ਹਰੀ ਨਾਮ ਨੇ ਤੇਰਾ ਸੰਗੀ ਹੋਣਾ, ਇਸੇ ਨੇ ਤੇਰੀ ਸਹਾਇਤਾ ਕਰਨੀ। ਕੇਵਲ ਹਰੀ ਨਾਮ ਹੈ ਜਿਹੜਾ ਤੈਨੂੰ ਛਡਾਉਣ ਵਾਲਾ, ਇਹਦੇ ਤੋਂ ਬਿਨਾਂ ਹੋਰ ਕੋਈ ਸੰਗੀ ਨਹੀਂ। ਪਰਮੇਸ਼ਰ ਦਾ ਗਾਇਆ ਹੋਇਆ ਜਸ, ਅਕਾਲ ਪੁਰਖ ਦੀ ਕੀਤੀ ਹੋਈ ਵਡਿਆਈ, ਗੁਰੂ ਪਾਤਸ਼ਾਹ ਦੀ ਕੀਤੀ ਹੋਈ ਸੋਭਾ, ਇਹ ਤੇਰੇ ਸੰਗੀ ਹੈ, ਤੇਰੇ ਨਾਲ ਨਿਭਣ ਵਾਲੀ। ਇਸ ਕਰਕੇ ਮੇਰਿਆ ਮਨਾ ਹਰੀ ਦਾ ਜਸ ਗਾ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ। ਵੇਖੋ ਕਿੰਨਾ ਕੁਝ ਮਿਲਦਾ ਹਰ ਜਸ ਗਾ ਕੇ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਸਾਰੇ ਸੁਖ ਇਹਦੇ ਵਿੱਚ ਹਨ, ਜੋ ਤੇਰੇ ਸੰਗੀ ਹੈ। ਹੇ ਮੇਰਿਆ ਮਨਾ ਐਸੇ ਹਰੀ ਜਸ ਨੂੰ ਗਾ, ਅਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ। ਹੇ ਮੇਰਿਆ ਮਨਾ ਵੇਲਾ ਲੰਘੀ ਜਾਂਦਾ, ਅਵਸਰ ਵਾਰੀ ਹੈ ਤੈਨੂੰ ਮਿਲੀ ਹੋਈ, ਇਹ ਲੰਘੀ ਜਾ ਰਹੀ ਹੈ, ਬੀਤਦੀ ਜਾ ਰਹੀ ਹੈ, ਹਾਲੇ ਵੀ ਮੇਰਾ ਕਿਹਾ ਮੰਨ ਲੈ, ਕੁਝ ਨਹੀਂ ਵਿਗੜਿਆ। ਅਜੋ ਸਮਝ ਕੱਚ ਵਿਗੜਿਓ ਨਾ ਹਨ, ਹਾਲੇ ਵੀ ਸਮਝ ਜਾ ਕੁਝ ਵਿਗੜਿਆ ਨਹੀਂ ਹੈ, ਅਵਸਰ ਬੀਤਦਾ ਜਾ ਰਿਹਾ। ਤੈਨੂੰ ਜਿਹੜੀ ਮਿਲੀ ਹੈ ਵਾਰੀ ਪਰਮੇਸ਼ਰ ਕੋਲੋਂ, ਇਹ ਮਨੁੱਖਾ ਜਨਮ ਵਾਰੀ ਹੈ, ਇਹ ਵਾਰੀ ਤੇਰੇ ਹੱਥੋਂ ਖਿਸਕਦੀ ਜਾ ਰਹੀ ਹੈ। ਜਿਵੇਂ ਰੇਤ ਦੀ ਮੁੱਠੀ ਘੁੱਟ ਕੇ ਜਿੰਨੀ ਘੁੱਟਣ ਦਾ ਯਤਨ ਕਰਦਾ, ਰੇਤ ਓਨੀ ਖਿਸਕਦੀ ਚਲੀ ਜਾਂਦੀ ਹੱਥ 'ਚ। ਇਸ ਕਰਕੇ ਜਿੰਨਾ ਤੂੰ ਯਤਨ ਕਰਦਾ ਵੀ ਇਹ ਨਾ ਬੀਤੇ, ਬੀਤ ਰਿਹਾ, ਹਾਲੇ ਵੀ ਵੇਲਾ। ਮੇਰਾ ਕਿਹਾ ਮੰਨ ਲੈ, ਜੇ ਵੇਲਾ ਲੰਘ ਗਿਆ ਤੇਰੇ ਹੱਥੋਂ ਤੇ ਮੁੜ ਕੇ ਵੇਲਾ ਨਹੀਂ ਜੇ ਮਿਲਣਾ। ਹਾਂਜੀ, ਰਹਾਓ ਸੰਪਤ ਰਥ ਧਨ ਰਾਜ ਸਿਉ ਅਤ ਨੇਹੋ ਲਗਾਇਓ। ਕਹਿੰਦੇ ਸੰਪਤੀ ਵਿਭੂਤੀ, ਸੰਪਦਾ ਰਥ ਵਾਹਨ, ਧਨ ਰਾਜ, ਇਹਦੇ ਨਾਲ ਤੂੰ ਅੱਤ ਦਾ ਨੇਹ ਲਾਈ ਬੈਠਾ, ਇਹਦੇ ਨਾਲ ਤੂੰ ਆਪਣਾ ਅੱਤ ਦਾ ਨੇਹ ਜੋੜੀ ਬੈਠਾ, ਯਾਨੀ ਕਿ ਇਸੇ ਦੇ ਮੋਹ ਵਿੱਚ, ਇਸੇ ਦੀ ਮਮਤਾ ਵਿੱਚ ਤੂੰ ਫਸਿਆ ਹੋਇਆ। ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇਓ। ਇਹਦੇ ਨਾਲ ਤੂੰ ਨੇਹ ਲਾਈ ਬੈਠਾ, ਜਦੋਂ ਕਾਲ ਦੀ ਫਾਈ ਤੇਰੇ ਗਲ 'ਚ ਪਈ ਤੇ ਸਾਰਾ ਕੁਝ ਤੇਰੇ ਲਈ ਬਗਾਨਾ ਹੋ ਜਾਣਾ, ਪਰਾਇਆ ਹੋ ਜਾਣਾ, ਕਿ ਦੂਜਿਆਂ ਨੇ ਕਬਜ਼ਾ ਕਰ ਲੈਣਾ ਇਹਦੇ 'ਤੇ ਆ ਕੇ, ਦੂਜਿਆਂ ਨੇ ਮਾਲਕ ਬਣ ਜਾਣਾ। ਉਹ ਤਾਂ ਪਹਿਲਾਂ ਹੀ ਵਸੀਹਤ ਤਾਂ ਪਹਿਲਾਂ ਹੀ ਲਿਖਾ ਲੈਂਦੇ ਆ, ਨਾ ਵੀ ਲਿਖੇਗਾ ਬਾਅਦ 'ਚ ਫਿਰ ਵੀ ਉਹਨਾਂ ਨੇ ਵਾਰਸ ਆਪ ਹੀ ਆਪ ਬਣਨਾ। ਫਿਰ ਸੱਜੇ ਖੱਬਿਓਂ ਕਈ ਵਾਰਸ ਨਿਕਲ ਆਉਂਦੇ ਆ,
ਇਸ ਕਰਕੇ ਸੱਜਣਾ ਇਹ ਕਾਲ ਦੀ ਫਾਈ ਹੈ ਜਿਹੜੇ ਤੇਰੇ ਗਲ 'ਚ ਪਈ ਹੋਈ ਹੈ। ਜਦੋਂ ਪੈ ਗਈ ਯਾਨੀ ਕਿ ਕਾਲ ਦਾ ਗ੍ਰਾਸ ਹੋ ਗਿਆ ਤਾਂ ਉੱਪਰ ਜਿੰਨਾ ਕੁਝ ਦੱਸਿਆ ਸੰਪਤ ਰੱਥ ਧਨ ਰਾਜ ਇਹ ਸਾਰਾ ਕੁਝ ਤੇਰੇ ਲਈ ਬਗਾਨਾ ਹੋ ਜਾਏਗਾ। ਜਾਨ ਬੂਝ ਕੈ ਬਾਵਰੇ ਤੈਂ ਕਾਜ ਵਿਗਾਰਿਓ। ਐਸਾ ਨਹੀਂ ਕਿ ਤੈਨੂੰ ਪਤਾ ਨਹੀਂ ਸੀ ਕੁਝ, ਤੂੰ ਅਣਜਾਣ ਪੁਣੇ 'ਚ ਆਪਣਾ ਕੰਮ ਵਿਗਾੜਿਆ, ਤੂੰ ਜਾਣ ਬੁੱਝ ਕੇ ਆਪਣਾ ਕੰਮ ਵਿਗਾੜ ਰਿਹਾ। ਇੱਕ ਤਾਂ ਹੁੰਦਾ ਵੀ ਚਲੋ ਪਸ਼ੂ ਹੈ ਉਹ ਅਣਜਾਣ ਹੁੰਦਾ, ਪਰ ਤੂੰ ਤਾਂ ਮਨੁੱਖ ਹੈ, ਤੂੰ ਤਾਂ ਜਾਣ ਬੁੱਝ ਕੇ ਆਪਣਾ ਕੰਮ ਵਿਗਾੜ ਰਿਹਾ। ਹੱਥ 'ਚ ਦੀਵਾ ਫੜ ਕੇ ਵੀ ਖੂਹ 'ਚ ਡਿੱਗੇ ਤੇ ਇਹਦੇ 'ਚ ਕਿਸੇ ਦਾ ਕਸੂਰ ਨਹੀਂ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਨ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰ। ਕਿਹਦੇ ਮਨ ਨੂੰ ਨਹੀਂ ਪਤਾ ਵੀ ਝੂਠ ਬੋਲਣਾ ਮਾੜਾ, ਕਿਸਦੇ ਮਨ ਨੂੰ ਨਹੀਂ ਪਤਾ ਕਿ ਕਿਸੇ ਨਾਲ ਠੱਗੀ ਕਰਨੀ ਮਾੜੀ, ਕਿਸ ਨੂੰ ਨਹੀਂ ਪਤਾ ਕਿ ਭਾਈ ਨਿੰਦਾ ਕਰਨੀ ਮਾੜੀ, ਚੁਗਲੀ ਕਰਨੀ ਮਾੜੀ। ਹਰ ਇੱਕ ਨੂੰ ਪਤਾ ਫਿਰ ਵੀ ਕਰਦੇ ਹਾਂ, ਫਿਰ ਵੀ ਕਰ ਰਹੇ ਹਾਂ। ਇਹ ਹੁੰਦਾ ਵੀ ਜਾਣ ਬੁੱਝ ਕੇ ਆਪਣਾ ਕੰਮ ਵਿਗਾੜਨਾ। ਬੈਠਾ ਸੀ ਇੱਕ ਜ਼ਿਮੀਂਦਾਰ ਕਿੱਕਰਾਂ ਦੀ ਫਸਲ ਬੀਜ ਕੇ, ਕਿੱਕਰਾਂ ਦੀ ਉਸ ਫਸਲ ਦਾ ਰਾਖਾ ਬਣ ਕੇ ਬੈਠਾ ਹੈ ਔਰ ਕੀਮਤੀ ਬਡੂਰਜ ਮਣੀਆਂ ਦਾ ਇੱਕ ਕੜਾ ਉਹਨੂੰ ਮਿਲਿਆ। ਕਿੱਕਰਾਂ ਦੇ ਦਰਖਤ ਨੂੰ ਕਾਵਾਂ ਵੱਲ ਵੇਖ ਕੇ ਵੀ ਕਾਂ ਆਉਂਦੇ ਆ ਭੱਜ ਕੇ ਉਹਨਾਂ ਨੂੰ ਉਡਾਉਣ ਲਈ ਵੀ ਮੇਰੀ ਇਸ ਫਸਲ ਨੂੰ ਇਹ ਤਬਾਹ ਨਾ ਕਰਨ, ਉਹਨਾਂ ਮਣੀਆਂ ਨੂੰ ਉਹ ਗੁੰਫਚਾ ਹੁੰਦਾ ਇੱਕ ਕੁਲੇਲ, ਗੁੰਫੀਆ ਵੀ ਕਹਿ ਦਿੰਦੇ ਆ ਉਹਨੂੰ, ਗੁੰਫੀਆ ਰੱਸੀ ਦੇ ਨਾਲ ਬਣਾਇਆ ਹੁੰਦਾ ਉਹ ਆਮ ਕਰਕੇ ਸਾਡੇ ਪਿੰਡਾਂ 'ਚ ਉਹਨੂੰ ਘੁਮਾਣੀ ਵੀ ਕਹਿ ਦਿੰਦੇ ਆ ਨਗਰਾਂ 'ਚ। ਉਹਦੇ ਵਿੱਚ ਪਾਉਂਦਾ ਵਗਾ ਕੇ ਦੂਰ ਮਾਰਦਾ, ਸਾਰੀਆਂ ਮਣੀਆਂ ਗਵਾਈ ਜਾ ਰਿਹਾ, ਰਾਖੀ ਕਾਹਦੀ ਕਰ ਰਿਹਾ ਕਿੱਕਰਾਂ ਦੀ। ਤਕਰੀਬਨ ਇਹੀ ਹਾਲਾਤ ਮਨੁੱਖ ਦੇ ਨੇ, ਵਿਕਾਰਾਂ ਦੇ ਕਿੱਕਰਾਂ ਦੀ ਰਾਖੀ ਕਰਨ ਲਈ ਕੀਮਤੀ ਦੁਰਲਭ ਸਵਾਸ ਜੋ ਕਿਸੇ ਬਡੂਰਜ ਮਣੀਆਂ ਤੋਂ ਘੱਟ ਨਹੀਂ ਗਵਾਈ ਜਾ ਰਿਹਾ। ਫਿਰ ਜਾਣ ਬੁੱਝ ਕੇ ਆਪਣਾ ਕੰਮ ਵਿਗਾੜ ਰਿਹਾ, ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਹੈ। ਪਾਤਸ਼ਾਹ ਇੱਥੇ ਸਪਸ਼ਟ ਕਰਦੇ ਨੇ, ਜਾਣ ਬੁੱਝ ਕੈ ਬਾਬਰੇ ਤੈਂ ਕਾਜ ਵਿਗਾਰਿਓ। ਹੇ ਬਾਬਰੇ, ਤੂੰ ਜਾਣ ਬੁੱਝ ਕੇ ਆਪਣਾ ਕੰਮ ਵਿਗਾੜ ਰਿਹਾ। ਇੱਕ ਤਾਂ ਹੁੰਦਾ ਵੀ ਅਣਜਾਣ, ਅਣਜਾਣ ਨਹੀਂ ਸੀ, ਜਾਣਦਾ ਸੀ। ਜਾਣ ਬੁੱਝ ਕੇ ਤੂੰ ਆਪਣਾ ਕੰਮ ਵਿਗਾੜ ਰਿਹਾ। ਪਾਪ ਕਰਤ ਸੁਖ ਚਿਓ ਨਹੀਂ ਨਹਿ ਗਰਭ ਨਿਵਾਰਿਓ। ਕਹਿੰਦੇ ਪਾਪ ਕਰਦਿਆਂ ਤੂੰ ਮਨ 'ਚ ਮਾੜਾ ਮੋਟਾ ਵੀ ਸ਼ਰਮ ਨਹੀਂ ਕੀਤੀ, ਸੁਖ ਚਿਆ ਨਹੀਂ ਵੀ ਨਹੀਂ ਯਾਰ ਮੈਂ ਨਹੀਂ ਕਰਨਾ, ਮਾੜਾ ਮੋਟਾ ਵੀ ਨਾ ਨਹੀਂ ਤਾਂ
ਕਿਸੇ ਨੇ ਸੁਲਾਹ ਮਾਰੀ ਹੋਵੇ ਨਾ, ਆਪਾਂ ਮਾੜੀ ਮੋਟੀ ਪਹਿਲਾਂ ਨਾ ਨੁੱਕਰ ਜੀ ਕਰਦੇ, ਨਹੀਂ ਜੀ ਬਸ ਜੀ ਬਸ, ਇੰਨਾ ਵੀ ਨਹੀਂ ਸੁੱਖ ਚਿਆ ਤੂੰ ਪਾਪ ਕਰਨ ਵੇਲੇ, ਮਾੜਾ ਮੋਟਾ ਵੀ ਨਹੀਂ ਸੁੱਖ ਚਿਆ, ਔਰ ਉਸ ਪਾਪ ਦੇ ਵਿੱਚ ਪਰਵਿਰਤ ਹੋ ਗਿਆ, ਔਰ ਨਾ ਆਪਣੇ ਹਿਰਦੇ ਦਾ ਹੰਕਾਰ ਦੂਰ ਕੀਤਾ, ਹਉ ਮੈਂ ਵੀ ਦੂਰ ਨਹੀਂ ਕੀਤੀ, ਨਾ ਪਾਪ ਕਰਦਿਆਂ ਸ਼ਰਮ ਕੀਤੀ, ਲਾਜ ਕੀਤੀ, ਮਾੜੀ ਮੋਟੀ ਵੀ ਲਾਜ ਨਹੀਂ ਕੀਤੀ, ਔਰ ਨਾ ਹੀ ਆਪਣੇ ਹਿਰਦੇ ਦੇ ਹੰਕਾਰ ਨੂੰ ਨਿਵਾਰਿਆ। ਜਿਹ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ। ਇਹ ਭਾਈ ਜਿਵੇਂ ਤੈਨੂੰ ਤੇਰੇ ਗੁਰੂ ਨੇ ਉਪਦੇਸ਼ ਦਿੱਤਾ, ਗੁਰੂ ਦਾ ਉਪਦੇਸ਼ ਸੁਣ ਵੀ ਸਤਿਗੁਰੂ ਜੀ ਕੀ ਕਹਿੰਦੇ ਨੇ, ਗੁਰੂ ਪਾਤਸ਼ਾਹ ਦਾ ਉਪਦੇਸ਼ ਸੁਣ, ਸਤਿਗੁਰਾਂ ਦਾ ਉਪਦੇਸ਼ ਸੁਣ, ਸਤਿਗੁਰੂ ਜੀ ਕੀ ਆਖਦੇ ਨੇ ਤੈਨੂੰ, ਕੀ ਉਪਦੇਸ਼ ਦਿੰਦੇ ਨੇ। ਜੋ ਉਪਦੇਸ਼ ਸਤਿਗੁਰੂ ਜੀ ਤੈਨੂੰ ਦੇ ਰਹੇ ਨੇ, ਹੇ ਮੇਰੇ ਭਾਈ, ਹੇ ਮੇਰੇ ਵੀਰ, ਤੂੰ ਸਤਿਗੁਰਾਂ ਦਾ ਉਹ ਉਪਦੇਸ਼ ਧਿਆਨ ਨਾਲ ਸੁਣ, ਕਹੋ ਨਾਲ ਸੁਣ। ਹਾਂਜੀ, ਨਾਨਕ ਕਹਿਤ ਪੁਕਾਰ ਕੈ ਗਹੋ ਪ੍ਰਭ ਸਰਨਾਈ। ਗੁਰੂ ਤੇਗ ਬਹਾਦਰ ਸਾਹਿਬ ਜੀ ਫੁਰਮਾਉਂਦੇ ਹਨ, ਪੁਕਾਰ ਕੇ ਮਹਾਰਾਜ ਜੀ ਕਹਿੰਦੇ, ਉੱਚੀ ਆਵਾਜ਼ 'ਚ ਕਹਿੰਦੇ ਹਾਂ ਕਿ ਹਾਲੇ ਵੀ ਸਮਾਂ ਹੈ, ਤੂੰ ਉਸ ਪ੍ਰਭੂ ਦੀ ਸ਼ਰਨ ਨੂੰ ਗ੍ਰਹਿਣ ਕਰ ਲੈ, ਰੱਬ ਦੀ ਪਨਾਹ 'ਚ ਪੈ ਜਾ, ਉਹਦੀ ਸ਼ਰਨ ਵਿੱਚ ਆਪਣੇ ਆਪ ਨੂੰ ਸਮਰਪਣ ਕਰ ਦੇ। ਤੇ ਲੰਗ ਬਾਣੀ ਭਗਤਾ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਗ ਤਲੰਗ ਬਾਣੀ ਭਗਤਾਂ ਦੀ ਆਰੰਭ ਹੁੰਦੀ ਹੈ, ਕਬੀਰ ਜੀ ਦੇ ਸ਼ਬਦ ਚੱਲਣ ਲੱਗੇ ਹਨ, ਮੰਗਲਾ ਚਰਨ ਕਰਦੇ ਨੇ, ਵਾਹਿਗੁਰੂ ਇੱਕ ਹੈ, ਓਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਬੇਦਕ ਤੇਵ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ। ਕਬੀਰ ਜੀ ਮਹਾਰਾਜ ਸ਼ਬਦ ਉਚਾਰਨ ਕਰ ਰਹੇ ਨੇ, ਇੱਕ ਪੰਡਿਤ ਅਤੇ ਇੱਕ ਕਾਜੀ ਮੌਲਵੀ ਦੋਵੇਂ ਬੈਠੇ ਬਹਿਸ ਕਰ ਰਹੇ। ਪੰਡਿਤ ਕਹਿੰਦਾ, ਸਾਡੇ ਵੇਦ ਸਹੀ ਨੇ, ਤੁਹਾਡੇ ਪੁਰਾਣ 'ਚ ਕੁਰਾਨ 'ਚ ਆਹ ਗਲਤ ਲਿਖਿਆ। ਉਹ ਕਹਿੰਦਾ, ਸਾਡੀ ਕੁਰਾਨ ਸਹੀ, ਤੁਹਾਡੇ ਵੇਦਾਂ 'ਚ ਆਹ ਗਲਤ ਲਿਖਿਆ। ਜਦੋਂ ਬੰਦਾ ਧੜੇਬੰਦੀ 'ਚ ਵੱਧ ਜਾਂਦਾ ਅਤੇ ਉਹ ਆਪਣੀ ਦੂਸ਼ਣਬਾਜ਼ੀ ਫਿਰ ਦੂਜਿਆਂ ਦੇ ਜਿਹੜੇ ਧਰਮ ਗ੍ਰੰਥ ਨੇ ਉਹਨਾਂ 'ਤੇ ਚਿੱਕੜ ਉਛਾਲ ਕੇ ਵੀ ਤੁਹਾਡੇ ਗ੍ਰੰਥਾਂ 'ਚ ਆਹ ਗਲਤ ਲਿਖਿਆ, ਆਹ ਗਲਤ ਲਿਖਿਆ, ਫਿਰ ਉਹਨਾਂ ਦੇ ਧਰਮ ਗ੍ਰੰਥਾਂ 'ਤੇ ਉਂਗਲੀਆਂ ਕਰਦਾ। ਜਦੋਂ ਧੜੇਬੰਦੀ 'ਚ ਆਪ ਵੱਜਾ ਹੁੰਦਾ ਅਤੇ ਹੁਣ ਉਹਦੇ 'ਤੇ ਜ਼ੋਰ ਨਹੀਂ ਚੱਲਦਾ, ਫਿਰ ਉਹਨਾਂ ਦੇ ਧਰਮ ਗ੍ਰੰਥਾਂ ਨੂੰ ਮਾੜਾ ਕਹਿਣਾ ਸ਼ੁਰੂ ਕਰ ਦਿੰਦਾ। ਇਹ ਵੱਜੇ ਤਾਂ ਆਪਣੀ ਸ਼ਰ੍ਹਾਂ ਵਿੱਚ ਹੋਏ ਸੀ, ਕੱਟੜਤਾ ਵਿੱਚ, ਅਤੇ ਦੂਸ਼ਣਬਾਜ਼ੀ ਇੱਕ ਦੂਜੇ ਦੇ ਉਹ ਵੇਦਾਂ 'ਤੇ ਕਰ ਰਿਹਾ, ਜਿਹੜਾ ਮੌਲਵੀ ਹੈ, ਪੰਡਿਤ ਜਿਹੜਾ ਉਹਨਾਂ ਦੀ ਕੁਰਾਨ 'ਤੇ ਕਰ ਰਿਹਾ, ਕਿਤਾਬਾਂ 'ਤੇ ਕਰ ਰਿਹਾ। ਭਗਤ ਜੀ ਮਹਾਰਾਜ ਜੀ ਕੋਲ ਬੈਠੇ ਵੇਖਦੇ ਅਤੇ ਫਿਰ ਦੋਨਾਂ ਨੂੰ ਸੰਬੋਧਨ ਕੀਤਾ, ਆਖਿਆ, ਉਹ ਸੁਣੋ ਪੰਡਿਤ ਜੀ, ਮੌਲਵੀ ਸਾਹਿਬ ਸੁਣੋ, ਵੇਦ ਕਿਤਾਬ ਇਫਤਰਾ ਭਾਈ, ਵੇਦਾਂ ਅਤੇ ਕਿਤਾਬਾਂ ਨੂੰ, ਇਫਤਰਾ ਦਾ ਮਤਲਬ ਹੁੰਦਾ ਫਰੋਲ ਕੇ ਪੜ੍ਹਨ ਨਾਲ, ਪੜ੍ਹਿਆ ਹੈ ਪਰ ਉਸ ਨੂੰ ਧਾਰਨ ਨਹੀਂ ਕੀਤਾ, ਪੜ੍ਹ ਲਿਆ ਪਰ ਹਿਰਦੇ 'ਚ ਧਾਰਿਆ ਨਹੀਂ,
ਅਤੇ ਕੇਵਲ ਫਰੋਲਣ ਨਾਲ ਜਾਂ ਪੜ੍ਹਨ ਮਾਤਰ ਨਾਲ ਤੁਹਾਡੇ ਦਿਲ ਦਾ ਆਹ ਫਿਕਰ, ਆਹ ਚਿੰਤਾ, ਆਹ ਦੁਵੈਸ਼ ਨਹੀਂ ਜਾਣੀ। ਦਿਲ ਦਾ ਫਿਕਰ, ਫਿਕਰ ਮਤਲਬ ਚਿੰਤਾ ਹੈ, ਫਿਕਰ ਦਾ ਮਤਲਬ ਇਹ ਜਿਹੜੀ ਦੁਵੈਸ਼ ਇੱਕ ਦੂਜੇ ਪ੍ਰਤੀ ਪਾਲੀ ਬੈਠੇ ਹੋ, ਇਹ ਨਹੀਂ ਜਾਣੀ। ਜਦੋਂ ਇਹ ਦੁਵੈਸ਼ ਚਲੀ ਜਾਏਗੀ, ਫਿਰ ਤੁਸੀਂ ਦੋਵੇਂ ਬੈਠੇ, ਇੱਕ ਭਾਵੇਂ ਅੱਲਾ ਅੱਲਾ ਕਹੇ ਅਤੇ ਦੂਜਾ ਰਾਮ ਰਾਮ ਕਹੇ, ਤੁਹਾਨੂੰ ਇੱਕ ਦੂਜੇ 'ਤੇ ਕੋਈ ਇਤਰਾਜ਼ਬਾਜ਼ੀ ਨਹੀਂ ਹੋਵੇ। ਪਰ ਕੇਵਲ ਤੁਸੀਂ ਪੜ੍ਹਿਆ ਹੈ, ਉਸਨੂੰ ਹਿਰਦੇ 'ਚ ਧਾਰਨ ਨਹੀਂ ਕੀਤਾ, ਅਤੇ ਕੇਵਲ ਪੜ੍ਹਨ ਮਾਤਰ ਨਾਲ ਤੁਹਾਡੇ ਹਿਰਦੇ 'ਚੋਂ ਇਹ ਫਿਕਰ ਨਹੀਂ ਜਾਣਾ। ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਟੁੱਕ ਥੋੜ੍ਹੇ ਸਮਾਂ ਸਵਾਸ ਭਰ ਵੀ, ਜੇ ਤੁਸੀਂ ਆਪਣੇ ਮਨ ਨੂੰ ਆਪਣੇ ਗੁਰੂ ਪੀਰਾਂ ਦੇ ਕਹੇ ਬਚਨਾਂ ਦੇ ਉੱਤੇ ਖਲਾਰ ਲਵੋ, ਖੜਾ ਕਰ ਲਵੋ ਥੋੜ੍ਹਾ ਸਮਾਂ ਵੀ, ਤਾਂ ਤੁਹਾਨੂੰ ਉਹ ਖੁਦਾ ਤੁਹਾਡੇ ਸਾਹਮਣੇ ਹਾਜ਼ਰਾਂ ਹਜ਼ੂਰ ਪ੍ਰਤੀਤ ਹੋਵੇਗਾ। ਮਨ ਤਾਂ ਤੁਸੀਂ ਥੋੜ੍ਹਾ ਜਿੰਨਾ ਸਮਾਂ ਵੀ ਨਹੀਂ ਖਿਲਾਰਦੇ ਉਹਨਾਂ ਬਚਨਾਂ 'ਤੇ ਜੋ ਤੁਹਾਡੇ ਗੁਰੂ ਪੀਰਾਂ ਨੇ ਤੁਹਾਨੂੰ ਕਹੇ ਨੇ। ਟੁੱਕ ਦਮ ਦਾ ਮਤਲਬ ਹੁੰਦਾ ਵੀ ਥੋੜ੍ਹਾ ਜਿਹਾ ਸਮਾਂ, ਸਵਾਸ ਭਰ ਦਾ ਸਮਾਂ ਵੀ, ਇੱਕ ਅੱਧਾ ਸਵਾਸ ਮਾਤਰ ਦਾ ਸਮਾਂ ਵੀ ਤੁਸੀਂ ਖੜਾ ਨਹੀਂ ਕੀਤਾ ਆਪਣੇ ਮਨ ਨੂੰ ਗੁਰੂ ਪੀਰਾਂ ਦੇ ਬਚਨਾਂ 'ਤੇ। ਕਰਾਰੀ ਨਿਸ਼ਚਾ ਤਾਂ ਕਰਕੇ ਵੇਖੋ, ਜਦੋਂ ਤੁਸੀਂ ਨਿਸ਼ਚਾ ਕਰੋਗੇ ਤੇ ਫਿਰ ਹਾਜ਼ਰ ਹਜ਼ੂਰ ਖੁਦਾ ਏ, ਉਹ ਖੁਦਾ ਤੁਹਾਨੂੰ ਹਾਜ਼ਰਾਂ ਹਜ਼ੂਰ ਪ੍ਰਤੀਤ ਹੋਵੇਗਾ, ਕੋਲ ਪ੍ਰਤੀਤ ਹੋਵੇਗਾ। ਹਾਂਜੀ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਬਚਨ ਸਾਡੇ 'ਤੇ ਵੀ ਲਾਗੂ ਹੁੰਦੇ, ਗੁਰਬਾਣੀ ਦੇ ਬਚਨ ਅਸੀਂ ਪੜ੍ਹਦੇ ਹਾਂ, ਪਰ ਉਹਨਾਂ 'ਤੇ ਇੱਕ ਪਲ ਮਾਤਰ ਦਾ ਸਮਾਂ ਵੀ ਮਨ ਨਹੀਂ ਟਿਕਾਉਂਦੇ। ਅਤੇ ਪਾਤਸ਼ਾਹ ਸਾਨੂੰ ਵੀ ਕਹਿ ਰਹੇ ਨੇ, ਤੁਸੀਂ ਗੁਰੂ ਪਾਤਸ਼ਾਹ ਦੇ ਬਚਨਾਂ ਦੇ ਉੱਤੇ ਆਪਣਾ ਮਨ ਟਿਕਾਓ, ਥੋੜ੍ਹਾ ਜਿੰਨਾ ਵੀ ਸਮਾਂ ਟਿਕਾਓਗੇ ਤੇ ਤੁਹਾਨੂੰ ਤੁਹਾਡਾ ਰੱਬ, ਤੁਹਾਡਾ ਗੁਰੂ ਹਾਜ਼ਰ ਹਜ਼ੂਰ ਪ੍ਰਤੀਤ ਹੋਵੇਗਾ ਵੀ ਗੁਰ ਮੇਰੇ ਸੰਗ ਸਦਾ ਹੈ ਨਾਲੇ। ਸਦਾ ਅੰਗ ਸੰਗੇ ਅਪੰਗੰਗ ਬਬੂਤੇ ਦੀ ਖੇਡ ਪ੍ਰਾਪਤ ਹੋਵੇਗੀ। ਹੇ ਬੰਦੇ ਖੋਜ ਆਪਣੇ ਹਿਰਦੇ ਨੂੰ, ਦਿਲ ਨੂੰ ਰੋਜ਼ ਖੋਜ। ਆਪਣੇ ਦਿਲ ਨੂੰ ਖੋਜ ਦਾ ਮਤਲਬ ਦਿਲ 'ਚ ਵਿਚਾਰ ਕਰ, ਕਾਹਦੀ? ਬ੍ਰਹਮ ਦੀ, ਪਰਮੇਸ਼ਰ ਦੀ ਵਿਚਾਰ। ਜਦੋਂ ਤੂੰ ਆਪਣੇ ਦਿਲ ਨੂੰ ਖੋਜੇਗਾ, ਯਾਨੀ ਕਿ ਆਪਣੇ ਦਿਲ ਹੀ ਖੋਜਣ ਦਾ ਇੱਥੇ ਅਰਥ ਹੋਵੇਗਾ, ਵਿਚਾਰ ਕਰੇਗਾ ਆਪਣੇ ਦਿਲ 'ਚ ਬ੍ਰਹਮ ਦੀ, ਪਰਮਾਤਮਾ ਦੀ, ਤਾਂ ਫਿਰ ਤੂੰ ਪਰੇਸ਼ਾਨੀ ਵਿੱਚ ਨਹੀਂ ਪਵੇਗਾ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਫਿਰ ਤੂੰ ਪਰੇਸ਼ਾਨੀ 'ਚ ਨਹੀਂ ਪਵੇਗਾ। ਜੇ ਤੂੰ ਆਪਣੇ ਹਿਰਦੇ 'ਚ ਹੀ ਬ੍ਰਹਮ ਨੂੰ ਖੋਜੇਗਾ, ਉਸ ਦੀ ਵਿਚਾਰ ਕਰੇਗਾ ਆਪਣੇ ਹਿਰਦੇ 'ਚ, ਅਤੇ ਜਦੋਂ ਬ੍ਰਹਮ ਵਿਚਾਰ ਚੱਲੇਗੀ, ਉੱਥੇ ਪਰੇਸ਼ਾਨੀ ਤਾਂ ਚੱਲਣੀ ਨਹੀਂ ਹੈ, ਫਿਰ ਤੂੰ ਪਰੇਸ਼ਾਨੀ 'ਚ ਨਹੀਂ ਪਵੇਗਾ। ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾ ਹੈ। ਆਹ ਜਿਹੜੀ ਦੁਨੀਆ ਹੈ ਭਾਈ, ਇਹ
ਜਾਦੂ ਦਾ ਮੇਲਾ। ਸਿਹਰ ਦਾ ਮਤਲਬ ਹੁੰਦਾ ਜਾਦੂ ਦਾ ਮੇਲਾ। ਜਾਦੂ ਦਾ ਮੇਲਾ ਦਿਸਦਾ ਹੁੰਦਾ ਪਰ ਹੁੰਦਾ ਨਹੀਂ। ਜਾਦੂ 'ਚ ਜੋ ਦਿਸਦਾ ਹੈ ਉਹ ਹੁੰਦਾ ਤਾਂ ਨਹੀਂ ਹੈ। ਜਾਦੂ ਦੇ ਮੇਲੇ ਵਿੱਚ ਜਿਹੜਾ ਜਾਦੂਗਰ ਹੈ ਉਹ ਆਪਣੇ ਜਮੂਰੇ ਦੇ ਗਲ ਦੇ ਵਿੱਚ ਛੁਰਾ ਮਾਰ ਰਿਹਾ ਹੁੰਦਾ। ਉਹਦੇ ਸਰੀਰ ਨੂੰ ਦੋ ਹਿੱਸਿਆਂ 'ਚ, ਤਿੰਨ ਹਿੱਸਿਆਂ ਵਿੱਚ, ਟੁਕੜਿਆਂ 'ਚ, ਡੱਬੇ 'ਚ ਪਾ ਕੇ ਵੰਡਦਾ ਹੁੰਦਾ। ਪਰ ਕੀ ਉਹ ਹੁੰਦਾ ਹੈ? ਨਹੀਂ, ਪਰ ਦਿਸ ਰਿਹਾ ਹੁੰਦਾ। ਇਸੇ ਤਰ੍ਹਾਂ ਇਹ ਦੁਨੀਆ ਵੀ ਜਾਦੂ ਦਾ ਮੇਲਾ ਹੀ ਹੈ, ਦਿਸ ਰਹੀ ਹੈ, ਪਰ ਜੋ ਦਿਸ ਰਿਹਾ ਉਹ ਹੈ ਨਹੀਂ ਹੈ। ਹੈ ਕੁਝ ਹੋਰ ਹੀ, ਪਰ ਦਿਸ ਕੁਝ ਹੋਰ ਰਿਹਾ। ਮਾਇਆ ਵਿਖਾ ਰਹੀ ਹੈ, ਮਾਇਆ ਜਾਦੂਗਰ ਨਹੀਂ, ਉਹ ਵਿਖਾ ਰਹੀ ਹੈ ਕੁਝ ਹੋਰ ਹੀ। ਔਰ ਇਹਦੇ ਵਿੱਚ ਜੋ ਜੋ ਵੀ ਤੈਨੂੰ ਦਿਸ ਰਿਹਾ ਉਹਨਾਂ ਵਿੱਚੋਂ ਕਿਸੇ ਨੇ ਵੀ ਤੇਰਾ ਹੱਥ ਨਹੀਂ ਪਕੜਨਾ। ਦਸਤਗੀਰੀ ਦਾ ਦਸਤ ਮਤਲਬ ਹੱਥ, ਗੀਰੀ ਮਤਲਬ ਪਕੜਨਾ। ਕਿਸੇ ਨੇ ਵੀ ਤੇਰਾ ਹੱਥ ਨਹੀਂ ਪਕੜਨਾ ਉਹਨਾਂ ਵਿੱਚੋਂ। ਮਤਾ ਤੇਰੇ ਮਨ 'ਚ ਭੁਲੇਖਾ ਹੋਵੇ ਵੀ ਆਹ ਜਿਹੜੇ ਦਿਸ ਰਹੇ ਨੇ ਸੱਜਣ ਸੰਬੰਧੀ ਮਿੱਤਰ, ਇਹ ਤੇਰਾ ਹੱਥ ਫੜਨਗੇ। ਜਦੋਂ ਉਹ ਸਮਾਂ ਆਉਣਾ ਇਹਨਾਂ ਵਿੱਚੋਂ ਕਿਸੇ ਨੇ ਵੀ ਤੇਰਾ ਹੱਥ ਨਹੀਂ ਪਕੜਨਾ। ਰਹਾਓ ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ। ਦਰੋਗ ਦਾ ਅਰਥ ਹੁੰਦਾ ਝੂਠਾ। ਜਿਹੜਾ ਝੂਠਾ ਬੰਦਾ, ਝੂਠਾ ਉਹ ਪੜ੍ਹਦਾ ਸ਼ਾਸਤਰਾਂ ਨੂੰ, ਧਰਮ ਗ੍ਰੰਥਾਂ ਨੂੰ ਪੜ੍ਹਦਾ, ਉਹ ਪੜ੍ਹ ਪੜ੍ਹ ਕੇ ਨਾ ਜੋ ਪੜ੍ਹਿਆ ਉਸ ਪਾਸਿਓਂ ਬੇਖਬਰ ਹੈ ਵੀ ਉਹ ਧਰਮ ਗ੍ਰੰਥ ਕਹਿ ਕੀ ਰਹੇ ਨੇ। ਉਹ ਕੇਵਲ ਇਸ ਲਈ ਪੜ੍ਹਦਾ ਬੇਖਬਰ ਹੋ ਕੇ, ਉਹ ਫਿਰ ਝਗੜਾ ਵਖਿਆਣ ਕਰਦਾ, ਵੇਖੋ ਜੀ ਤੁਹਾਡੇ ਗ੍ਰੰਥ 'ਚ ਆਹ ਲਿਖਿਆ, ਆਹ ਗਲਤ ਲਿਖਿਆ, ਜਿਹੜੇ ਗ੍ਰੰਥ ਨੂੰ ਤੁਸੀਂ ਪੜ੍ਹਦੇ ਉਹਦੇ 'ਚ ਆਹ ਗਲਤ ਲਿਖਿਆ। ਉਹ ਜੇ ਪੜ੍ਹਦਾ ਵੀ ਆ ਤਾਂ ਉਹਨੇ ਵਿਤੰਡਾ ਕਰਨ ਵਾਸਤੇ ਪੜ੍ਹਨਾ, ਜਿਵੇਂ ਪੰਡਿਤ ਅਤੇ ਕਾਜੀ ਦੋਵੇਂ, ਵੇਖੋ ਜੀ ਤੁਹਾਡੀ ਕੁਰਾਨ 'ਚ ਆਹ ਲਿਖਿਆ, ਉਹ ਕਹੇ ਜੀ ਤੁਹਾਡੇ ਪੁਰਾਣ 'ਚ ਆਹ ਲਿਖਿਆ। ਜੋ ਅਸਲੀ ਸਿਧਾਂਤ ਆ ਉਹਨਾਂ ਧਰਮ ਗ੍ਰੰਥਾਂ ਤੋਂ, ਉਹਨਾਂ ਤੋਂ ਦੋਵੇਂ ਬੇਖਬਰ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਡੇ ਸਿੱਖਾਂ ਵਿੱਚ ਵੀ ਐਣ ਕਈ ਐਸੇ ਵੀਰ ਜਿਹੜੇ ਆਖਣ, ਵੇਖੋ ਜੀ ਆਹ ਗ੍ਰੰਥ ਵਿੱਚ ਆਹ ਲਿਖਿਆ ਹੋਇਆ ਜੀ, ਆਹ ਵੇਖੋ ਜੀ ਆਹ। ਉਹਨਾਂ ਨੂੰ ਸਿਰਫ ਝਗੜਾ ਹੀ ਦਿਸਦਾ ਹੈ, ਉਹਦਾ ਸਿਧਾਂਤ ਨਹੀਂ ਦਿਸਦਾ, ਸਿਧਾਂਤ ਨਹੀਂ ਦਿਸਦਾ। ਚਿੱਚੜ ਦੀ ਬਿਰਤੀ ਕੀ ਹੁੰਦੀ ਆ? ਦੁੱਧ ਦੇ ਥਣ ਨਾਲ ਲੱਗਾ ਹੋਇਆ ਵੀ ਖੂਨ ਚੂਸਦਾ ਨਾਲ, ਹਾਲਾਂਕਿ ਅੰਮ੍ਰਿਤ ਵਰਗਾ ਦੁੱਧ ਹੈ ਉਹ ਨਹੀਂ ਪੀਂਦਾ। ਉਹਦੀ ਬਿਰਤੀ ਆ, ਉਹਨੇ ਚਿੱਚੜ ਦੇ ਖੂਨ ਹੀ ਚੂਸਣਾ ਹੈ, ਸੁਭਾਅ ਹੈ। ਤੋ ਇੱਦਾਂ ਉਹ ਬੇਖਬਰ ਹੋਏ ਬਾਦ ਬਕਾਹੇ, ਅਤੇ ਜਦੋਂ ਵਾਦ ਵੱਕਦੇ ਨੇ, ਝਗੜਾ ਉਠਾਉਂਦੇ ਨੇ, ਵੇਖੋ ਜੀ ਆਹ ਗਲਤ ਲਿਖਿਆ, ਫਿਰ ਬੜੇ ਖੁਸ਼ੀ ਦੇ ਨਾਲ, ਵੇਖੋ ਜੀ ਖੁਸ਼ੀ ਨਾਲ ਖੁਸ਼ ਹੁੰਦੇ ਆ, ਵੇਖੋ ਜੀ ਸਾਨੂੰ ਪਤਾ ਤੁਹਾਡੇ ਗ੍ਰੰਥ 'ਚ ਆਹ ਲਿਖਿਆ ਹੋਇਆ, ਅਸੀਂ ਪੜ੍ਹਿਆ ਹੋਇਆ। ਇੱਦਾਂ ਤਾਂ ਨਹੀਂ ਕਹਿੰਦੇ, ਅਸੀਂ ਪੜ੍ਹ ਕੇ ਕਹਿ ਰਹੇ ਹਾਂ। ਹਾਂਜੀ, ਹੱਕ ਸੱਚ ਖਾਲਕ ਖਾਲਕ ਮਿਆਨੇ ਸਿਆਮ ਮੂਰਤ ਨਾਹੇ। ਉਹ ਹੱਕ ਜੋ ਸੱਚ ਸਰੂਪ, ਸੱਚ ਸਦਾ ਸਥਿਰ ਰਹਿਣ ਵਾਲਾ ਖਾਲਕ ਮਾਲਕ ਹੈ, ਪਰਮਾਤਮਾ ਹੈ, ਉਹ ਖਲਕ ਮਿਆਨੇ, ਖਲਕ ਦਾ ਮਤਲਬ ਹੁੰਦਾ ਆ ਦੁਨੀਆ, ਉਹ ਇਹਦੇ ਵਿੱਚ ਹੀ ਹੈ। ਮਿਆਨੇ ਦਾ ਮਿਆਨ ਹੁੰਦਾ ਨਾ, ਜਿਵੇਂ ਤਲਵਾਰ ਦਾ ਮਿਆਨ ਹੁੰਦਾ, ਕਹਿੰਦੇ ਆਹ ਖਲਕ ਮਿਆਨ ਹੈ ਔਰ ਉਹ ਖਾਲਕ ਇਹਦੇ ਵਿੱਚ ਵਸਣ ਵਾਲਾ ਹੈ, ਉਹ ਖਾਲਕ ਇਹਦੇ ਵਿੱਚ ਵਸਦਾ।
ਉਦਾਂ ਕਹਿੰਦੇ ਆ ਵੀ ਖਾਲਕ ਖਲਕ ਵਿੱਚ ਵਸਦਾ ਹੈ ਤੇ ਖਲਕ ਦਾ ਮਨ ਨਾ ਦੁਖਾਓ। ਤੇ ਜਦੋਂ ਕਿਸੇ ਦੇ ਗ੍ਰੰਥ ਉੱਤੇ, ਕਿਸੇ ਦੇ ਧਰਮ ਗ੍ਰੰਥ ਦੇ ਉੱਤੇ ਜਿਨ੍ਹਾਂ 'ਤੇ ਉਹਨਾਂ ਨੂੰ ਆਸਥਾ ਹੈ, ਨਿਸ਼ਚਾ ਹੈ, ਉਹਦਾ ਖੰਡਨ ਕਰਦੇ ਹੋ, ਉਹਦੇ ਵਿੱਚ ਤੁਸੀਂ ਊਜਬਾਜ਼ੀਆਂ ਕਰਦੇ ਹੋ, ਤੇ ਜਦੋਂ ਉਹਨਾਂ ਦਾ ਹਿਰਦਾ ਦੁਖਦਾ ਜਿਹੜੇ ਉਸ ਗ੍ਰੰਥ 'ਤੇ ਆਸਥਾ ਰੱਖਦੇ ਨੇ, ਕੀ ਉਹ ਖਲਕਤ ਵਿੱਚ ਨਹੀਂ ਆਉਂਦੇ? ਫਿਰ ਉਹ ਖਲਕਤ ਦਾ ਮਨ ਨਹੀਂ ਦੁਖਦਾ? ਫਿਰ ਤਾਂ ਟਕਵਾਂਜ ਹੀ ਕੀਤਾ ਨਾ ਵੀ ਅਸੀਂ ਤਾਂ ਜੀ ਖਲਕਤ ਦਾ ਮਨ ਨਹੀਂ ਦੁਖਾਉਂਦੇ। ਜਦੋਂ ਇੱਕ ਦੂਜੇ ਦੇ ਧਰਮ ਗ੍ਰੰਥਾਂ 'ਤੇ ਦੂਸ਼ਣਬਾਜ਼ੀਆਂ ਕਰਨੀਆਂ ਨੇ, ਪੰਡਿਤ ਕਰ ਰਿਹਾ ਸੀ, ਕਾਜੀ ਵੀ ਕਰ ਰਿਹਾ ਸੀ, ਤਾਂ ਫਿਰ ਭਾਈ ਇਹ ਗੱਲ ਵੀ ਨੂੰ ਵੀ ਸਮਝੋ ਕਿ ਉਹ ਖਾਲਕ ਇਸ ਖਲਕਤ ਦੇ ਮਿਆਨ ਵਿੱਚ ਵੱਸਦਾ ਹੈ। ਮਿਆਨੇ ਦਾ ਮਤਲਬ ਵਿੱਚ ਵੱਸਦਾ ਹੈ। ਦੁਬਾਰਾ ਪੜ੍ਹੀਏ ਜੀ। ਸਿਆਮ ਮੂਰਤ ਨਾਹੇ, ਸ਼ਾਮ ਆਦਿਕ ਵਰਣ ਦਾ ਨਹੀਂ ਹੈ ਵੀ ਜੇ ਕਹੋ ਵੀ ਉਹ ਸ਼ਾਮ ਸਾਵਲਾ ਹੈ, ਇਹੋ ਜਿਹੀ ਮੂਰਤ ਵਾਲਾ ਨਹੀਂ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਜੇ ਤੁਸੀਂ ਕਹੋ ਵੀ ਉਹ ਸੱਤਵੇਂ ਆਕਾਸ਼ 'ਤੇ ਹੈ ਵੀ ਉੱਥੇ ਵੱਸਦਾ, ਤਾਂ ਐਸਾ ਵੀ ਨਹੀਂ। ਕਿਉਂ? ਲਹੰਗ ਦਰੀਆ ਉਹ ਤੇਰੇ ਅੰਦਰ ਜਿਵੇਂ ਦਰਿਆ ਠਾਠਾਂ ਮਾਰਦਾ, ਤੇਰੇ ਅੰਤਸ਼ਕਰਨ ਰੂਪੀ ਅਸਮਾਨ ਦੇ ਵਿੱਚ, ਅਸਮਾਨ ਮਿਆਨੇ, ਮਿਆਨੇ ਇੱਥੇ ਵੀ ਵਿੱਚ, ਆਸਮਾਨ ਤੇਰਾ ਹਿਰ ਜਿਹੜਾ ਹਿਰਦਾ ਅੰਤਸ਼ਕਰਨ ਰੂਪੀ ਆਕਾਸ਼ ਹੈ, ਇਹਦੇ ਵਿੱਚ ਉਹ ਵਾਹਿਗੁਰੂ ਪਰਮਾਤਮਾ ਦਰਿਆ ਵਾਂਗੂ ਠਾਠਾਂ ਮਾਰ ਰਿਹਾ। ਉਹ ਤਾਂ ਤੇਰੇ ਅੰਦਰ ਠਾਠਾਂ ਮਾਰ ਰਿਹਾ, ਸੱਤਵੇਂ ਆਕਾਸ਼ 'ਤੇ ਨਹੀਂ ਹੈ, ਨਾ ਹੀ ਉਹ ਸਿਆਮ ਮੂਰਤ ਵਾਲਾ ਹੈ। ਉਹ ਤਾਂ ਤੇਰੇ ਅੰਦਰ, ਤੇਰੇ ਅੰਤਹਿਕਰਨ ਦੇ ਵਿੱਚ, ਜਿਹੜਾ ਤੇਰਾ ਅੰਤਹਿਕਰਨ ਦਾ ਆਕਾਸ਼ ਹੈ, ਇਹਦੇ ਵਿੱਚ ਦਰਿਆ ਵਾਂਗੂ ਠਾਠਾਂ ਪਿਆ ਮਾਰਦਾ। ਹਾਂਜੀ। ਗੁਸਲ ਕਰਦਨਾ ਬੂਦ, ਕਹਿੰਦੇ ਉਹਦੇ ਵਿੱਚ ਤੂੰ ਇਸ਼ਨਾਨ ਨਹੀਂ ਕਰਦਾ। ਉਹਦੇ 'ਚ ਇਸ਼ਨਾਨ ਕਰਨਾ ਚਾਹੀਦਾ ਸੀ ਜਿਹੜਾ ਉਹ ਤੇਰੇ ਅੰਦਰ ਦਰਿਆ, ਉਹਦੇ ਵਿੱਚ ਤੂੰ ਇਸ਼ਨ, ਗੁਸਲ ਦਾ ਮਤਲਬ ਹੁੰਦਾ ਇਸ਼ਨਾਨ ਕਰਨਾ, ਕਿਉਂਕਿ ਇਹ ਫਾਰਸੀ ਦੇ ਸ਼ਬਦ ਨੇ। ਗੁਸਲ ਕਰਦ ਨਬੂਦ ਪਾਠ ਵੀ ਹੈ ਤੇ ਗੁਸਲ ਕਰਦਨ ਬੂਦ ਪਾਠ ਵੀ, ਦੋਵੇਂ ਪਾਠ ਕੀਤੇ ਜਾਂਦੇ। ਕਰਦਨ ਬੂਦ ਜਦੋਂ ਪਾਠ ਕਰਾਂਗੇ ਉਦੋਂ ਅਰਥ ਹੋਵੇਗਾ ਵੀ ਤੂੰ ਉਹਦੇ 'ਚ ਇਸ਼ਨਾਨ ਕਰ, ਇਸ਼ਨਾਨ ਕਰ। ਤੇ ਜਦੋਂ ਕਰਦ ਨਬੂਦ ਕਹਾਂਗੇ ਇਹਦਾ ਮਤਲਬ ਤੂੰ ਪੁੱਛਦੇ ਨੇ, ਸਵਾਲ ਕਰਦੇ ਨੇ ਵੀ ਤੂੰ ਉਹਦੇ 'ਚ ਇਸ਼ਨਾਨ ਕਿਉਂ ਨਹੀਂ ਕਰਦਾ, ਕਿਉਂ ਨਹੀਂ ਉਹਦੇ 'ਚ ਇਸ਼ਨਾਨ ਕਰਦਾ, ਇਹ ਪੁੱਛਦੇ ਹਨ। ਹਾਂਜੀ। ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹਾਂ ਮੌਜੂਦ, ਕਰ ਫਕਰ, ਫਕਰ ਦਾ ਮਤਲਬ ਫਕੀਰੀ ਦਾ ਚਸ਼ਮਾ ਲਾ ਆਪਣੇ ਨੇਤਰਾਂ 'ਤੇ, ਯਾਨੀ ਕਿ ਵੈਰਾਗਵਾਨ ਹੋ। ਇੱਕ ਬੀੜ ਦੇ ਵਿੱਚ, ਕਈ ਪੁਰਾਤਨ ਬੀੜਾਂ ਵਿੱਚ ਫਿਕਰ ਪਾਠ ਵੀ ਆਇਆ, ਫਿਕਰ ਫੱਫੇ ਨੂੰ ਸਿਆਰੀ ਲਾ ਕੇ ਫਿਕਰ। ਫਰੀਦਕੋਟੀ ਟੀਕਾ ਜਦੋਂ ਕੀਤਾ ਉਹਨਾਂ ਨੇ ਦਰਸ਼ਨ ਕੀਤੇ, ਯਾਨੀ ਕਿ ਤੂੰ ਫਿਕਰ ਦਾ ਇੱਥੇ ਅਰਥ ਵੈਰਾਗ ਕਰ। ਫਕਰ ਦਾ ਮਤਲਬ ਫਕੀਰੀ, ਫਕੀਰੀ ਦਾ ਮਤਲਬ ਕੀ ਹੁੰਦਾ? ਨਿਰਚਾਵਾਨ ਅਤੇ ਨਿਰਖਵਾਹਿਸ਼ ਹੋ ਜਾਣਾ। ਫਕੀਰੀ ਦਾ ਮਤਲਬ ਬਾਹਰਲੇ ਲਿਬਾਸ ਨਾਲ ਹੀ ਨਹੀਂ ਹੁੰਦਾ, ਫਕੀਰੀ ਦਾ ਮਤਲਬ ਵੀ ਜਦੋਂ ਬਿਲਕੁਲ ਬੇਪਰਵਾਹੀ ਦਾ ਆਲਮ ਬਣ ਜਾਣਾ। ਕਹਿੰਦੇ ਉਹ ਚਸ਼ਮਾ ਲਾ ਆਪਣੀਆਂ ਅੱਖਾਂ 'ਤੇ। ਦੁਬਾਰਾ ਪੜ੍ਹੀਏ ਜੀ।
ਕਰ ਫਕਰ ਦਾਇਮ ਲਾਏ ਚਸ਼ਮੇ, ਚਸ਼ਮੇ ਲਾ ਅੱਖਾਂ ਦੇ ਉੱਤੇ, ਆ ਚਸ਼ਮਾ ਆ ਨੇਤਰਾਂ ਤੇ ਲਾ ਫਕੀਰੀ ਦਾ, ਜਹ ਤਹ ਮੌਜੂਦ, ਚਸ਼ਮਾ ਲਾ ਕੇ ਵੇਖੇਗਾ ਤੇ ਫਿਰ ਕੀ ਵੇਖੇਗਾ, ਜਹ ਤਹ ਮੌਜੂਦ, ਜਿੱਥੇ ਕਿੱਥੇ ਹਰ ਜਗ੍ਹਾ ਤੇ ਹਾਜ਼ਰ ਨਾਜ਼ਰ ਪ੍ਰਤੀਤ ਹੋਵੇਗਾ। ਦਰਅਸਲ ਅੱਖਾਂ ਦੀ ਰੋਸ਼ਨੀ ਘੱਟ ਹੋਣ ਕਰਕੇ ਦਿਸਦਾ ਨਹੀਂ ਪਿਆ, ਚਸ਼ਮਾ ਲਾਣਾ ਪੈਣਾ। ਤੇ ਚਸ਼ਮਾ ਕਿਹੜਾ? ਚਸ਼ਮਾ ਹੈ ਫਕੀਰੀ ਦਾ, ਨਿਰਚਾਵਾਨ, ਵਿਰਾਗਵਾਨ, ਬੇਪਰਵਾਹੀ ਦਾ। ਇਹ ਚਸ਼ਮਾ ਲਾ ਕੇ ਵੇਖ, ਤੈਨੂੰ ਹਰ ਜਗ੍ਹਾ ਤੇ ਹਰ ਥਾਂ ਤੇ ਕਬੀਰ ਜੀ ਮਹਾਰਾਜ ਜੀ ਕਹਿੰਦੇ ਹੋ ਮੌਜੂਦ ਹਾਜ਼ਰ ਪ੍ਰਤੀਤ ਹੋਵੇਗਾ। ਅੱਲਾਹ ਪਾਕ ਪਾਕ ਹੈ, ਅੱਲਾਹ ਯਾਨੀ ਕਿ ਜੋ ਆਪ ਹੀ ਹੈ, ਖੁਦ ਹੁਕਮ ਕਰਨੇ ਵਾਲਾ, ਹੁਕਮੀ, ਉਹ ਪਾਕੰ ਪਾਕ ਪਵਿੱਤਰ ਤੋਂ ਵੀ ਪਵਿੱਤਰ ਹੈ, ਪਾਵਨ ਤੋਂ ਵੀ ਪਾਵਨ ਹੈ। ਦੁਨੀਆਂ ਦੀਆਂ ਜਿਤਨੀਆਂ ਪਵਿੱਤਰ ਹਸਤੀਆਂ ਨੇ ਉਹਨਾਂ ਸਾਰਿਆਂ ਵਿੱਚ ਉਸੇ ਦੀ ਪਵਿੱਤਰਤਾ ਹੈ। ਹਾਂਜੀ, ਸ਼ੱਕ ਕਰੋ ਜੇ ਦੂਸਰ ਹੋਏ, ਅਰਥ ਸੰਦੇ ਮੈਂ ਸੰਸਾ ਤਾਂ ਕਰਾਂ ਜੇ ਉਹਦੇ ਤੋਂ ਬਿਨਾਂ ਦੂਜਾ ਹੋਵੇ ਕੋਈ, ਉਸ ਅੱਲਾਹ ਤੋਂ ਬਿਨਾਂ ਕੋਈ ਦੂਜਾ ਹੋਵੇ ਤਾਂ ਮੈਂ ਸੰਦੇਹ ਕਰਾਂ, ਨਹੀਂ ਜੀ ਇੱਦਾਂ ਨਹੀਂ ਇੱਦਾਂ ਹੈ। ਕਹਿੰਦੇ ਸੰਦੇਹ ਦੀ, ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ, ਹੈ ਹੀ ਉਹ ਇੱਕ। ਸ਼ੱਕ ਤਾਂ ਉਦੋਂ ਹੁੰਦਾ ਵੀ ਜਦੋਂ ਇੱਕ ਵਰਗਾ ਦੂਜਾ ਹੁੰਦਾ, ਯਾਰ ਲੱਗਦਾ ਦੂਜਾ ਵੀ ਹੈ ਸੀ ਉੱਥੇ ਕੋਈ, ਦੂਜਾ ਹੋਵੇ ਤੇ ਸ਼ੱਕ, ਜਦੋਂ ਇਕੱਲਾ ਹੀ ਸਾਹਮਣੇ ਖੜਾ ਤੇ ਆਪਾਂ ਕਹਿੰਦੇ ਵੀ ਇਕੱਲਾ ਫਲਾਣਾ ਹੀ ਖੜਾ, ਉਹਦੇ ਨਾਲ ਦੂਜਾ ਹੋਵੇਗਾ ਕੋਈ ਤੇ ਕਹਾਂਗੇ ਵੀ ਕੋਈ ਦੂਜਾ ਵੀ ਹੈ ਨਾਲ, ਪਰ ਪਤਾ ਨਹੀਂ ਕੌਣ। ਪਰ ਰੱਬ ਵਰਗਾ ਤਾਂ ਕੋਈ ਦੂਜਾ ਹੈ ਹੀ ਨਹੀਂ, ਤੇ ਫਿਰ ਸ਼ੱਕ ਕਾਹਦਾ ਕਰਨਾ, ਸੰਦੇਹ ਕਾਹਦਾ ਕਰਨਾ, ਉਹਦੇ ਵਰਗਾ ਉਹੀ ਹੈ। ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਇ, ਕਬੀਰ ਜੀ ਮਹਾਰਾਜ ਜੀ ਕਹਿੰਦੇ ਜਿਹੜੀ ਬਖਸ਼ਿਸ਼ ਹੈ ਨਾ, ਉਹ ਬਖਸ਼ਿਸ਼ ਦਾ ਮਾਲਕ ਹੈ ਕਰੀਮ, ਉਹ ਬਖਸ਼ਿਸ਼ ਉਹਨੇ ਆਪਣੇ ਕੋਲ ਰੱਖੀ ਹੋਈ, ਜਿਸ ਤੇ ਉਸਨੇ ਆਪਣੀ ਬਖਸ਼ਿਸ਼ ਕਰਨੀ ਹੈ, ਜਿਸ ਨੂੰ ਉੱਪਰਲੀ ਦੱਸੀ ਖੇਡ ਜਣਾਉਣੀ ਹੈ ਉਹੀ ਜਾਣੇ, ਜਿਸ ਨੂੰ ਜਣਾਏਗਾ ਉਹ ਜਾਣੇਗਾ, ਜਿਸ ਤੇ ਉਹਦੀ ਬਖਸ਼ਿਸ਼ ਵਰਤੇਗੀ ਉਹ ਕਰੀਮ ਹੈ। ਕਿਰਪਾ ਕਰੋ ਦੀਨ ਕੇ ਦਾਤੇ, 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 ਕਿਰਪਾ ਕਰੋ ਦੀਨ ਕੇ ਦਾਤੇ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ।